ਅੱਜ ਜਿਹੜੇ ਵਿਸ਼ੇ 'ਤੇ ਅਸੀਂ ਵਿਚਾਰ ਕਰਾਂਗੇ ਉਹ ਬਹੁਤ ਦੇਰ ਦਾ ਇੱਕ ਸੰਗਤਾਂ ਦੇ ਵਿੱਚ ਦੁਬਦਾ ਹੈ ਕਿ ਪੋਥੀ ਸਾਹਿਬ ਜਿਹਨੂੰ ਲਿਖਿਆ ਸੀ, ਪੋਥੀ ਜਿਹਨੂੰ ਕਿਹਾ ਸੀ, ਉਹਨੂੰ ਗੁਰੂ ਗ੍ਰੰਥ ਕਰਕੇ ਪ੍ਰਚਾਰਿਆ ਗਿਆ, ਅੱਜ ਵੀ ਪ੍ਰਚਾਰਿਆ ਜਾਂਦਾ ਹੈ। ਇਹਦੀ ਵਜ੍ਹਾ ਕੀ ਹੈ? ਇਹ ਕਦੋਂ ਤੋਂ ਪ੍ਰਚਾਰ ਹੋਇਆ, ਕਿਉਂ ਬਦਲਿਆ ਗਿਆ, ਕੀ ਕਾਰਨ ਹੈ, ਇਹਦੇ ਪਿੱਛੇ ਕੀ ਲੋੜ ਪਈ ਇਹਦੀ? ਇਹਦੇ ਪਿੱਛੇ ਜੋ ਵੀ ਤਰਕ ਦਿੱਤੇ ਕਹਾਣੀਆਂ ਘੜੀਆਂ ਗਈਆਂ, ਉਹਨਾਂ ਦੀ ਸੱਚਾਈ ਕੀ ਹੈ ਉਹਨਾਂ ਦੇ ਪਿੱਛੇ? ਪੋਥੀ ਸ਼ਬਦ ਪਹਿਲਾਂ ਭਗਤ ਕਬੀਰ ਜੀ ਨੇ ਵੀ ਵਰਤਿਆ ਹੋਇਆ, ਕਮਰਬੱਧ ਪੋਥੀ। ਪੋਥੀ ਦੇ ਉੱਤੇ ਕਮਰ ਕਥਾ ਕੀਤਾ ਕਿ ਜੋ ਪੋਥੀ ਕਹਿੰਦੀ ਹੈ ਉਹਦੇ ਅਨੁਸਾਰ ਇਹ ਜੀਵਨ ਜਿਉਣਾ। ਹੁਣ ਪਹਿਲਾਂ ਭਗਤ ਜੀ ਵੀ ਸਨਾਤਨੀ ਪਦ ਦੇ ਧਾਰਨੀ ਸੀ, ਸਨਾਤਨੀ ਪਦ ਦੇ ਧਾਰਨੀ ਸੀ, ਮਾਲਾ ਵੀ ਫੇਰਦੇ ਸੀ। ਪਹਿਲੇ ਭਗਤ ਕਬੀਰ ਜੀ ਨੇ ਜਿਹਨਾਂ ਨੂੰ ਗੁਰਮਤਿ ਦਾ ਗਿਆਨ ਹੋਇਆ, ਉਹਨਾਂ ਨੇ ਉਹ ਸ਼ਬਦ ਵੀ ਇੱਕ ਲਿਖਿਆ ਹੈ, ਆਪਣੀ ਆਤਮ ਕਥਾ ਵੀ ਲਿਖੀ ਹੈ ਉਹਦੇ ਵਿੱਚ, ਕਿਵੇਂ ਮੈਨੂੰ ਗਿਆਨ ਹੋਇਆ, ਕਿੱਥੇ ਹੋਇਆ। ਔਰ ਉਹ ਸ਼ਬਦ ਪੋਥੀ ਸਾਹਿਬ 'ਚ ਦਰਜ ਵੀ ਹੈ, ਗੁਰੂ ਅਰਜਨ ਦੇਵ ਜੀ ਨੇ ਉਹ ਦਰਜ ਕੀਤਾ ਸ਼ਬਦ। ਅਤੇ ਉਹ ਇਹਦਾ ਮਤਲਬ ਹੈ ਸਿੱਖਾਂ ਦੇ ਮੰਨਣ ਵਾਲੀ ਗੱਲ ਹੈ, ਉਹ ਸੱਚ ਗੱਲ ਹੈ। ਪਰ ਉਹ ਵਿਸ਼ਾ ਵੱਖਰਾ ਹੈ ਕਿ ਪਹਿਲਾਂ ਗੁਰਮਤਿ ਕਿੱਥੋਂ ਸਟਾਰਟ ਹੋਈ, ਭਗਤ ਕਬੀਰ ਜੀ ਤੋਂ ਸਟਾਰਟ ਹੋਈ, ਉਸੇ ਦੀ ਵਿਆਖਿਆ ਕਰ ਰਹੇ ਨੇ। ਭਗਤ ਜੀ ਨੇ ਕਿਹਾ ਗੁਰ ਦੀ ਨਹੀਂ ਵਸਤ ਕਬੀਰ ਕੋ, ਲੈ ਹੋ ਬਸ ਸੰਭਾਲ, ਕਬੀਰ ਦੀ ਨਹੀਂ ਸੰਸਾਰ ਕੋ, ਲੈ ਜਿਸ ਮਸਤਕ ਭਾਗ। ਸੰਸਾਰ ਨੂੰ ਕਬੀਰ ਨੇ ਗੱਲ ਦੱਸੀ ਹੈ, ਇਹ ਗੱਲ ਕੋ ਨਹੀਂ ਸਿੱਖਾਂ ਨੇ, ਨਹੀਂ ਤਾਂ ਕਬੀਰ ਦਾ ਨਾਮ ਵੀ ਅਰਦਾਸ 'ਚ ਪਹਿਲਾਂ ਆਉਣਾ ਚਾਹੀਦਾ ਸੀ। ਪਰ ਅਸੀਂ ਬੇਈਮਾਨ ਸੀ, ਗੁਰੂ ਨਾਨਕ ਦੇ ਬਿਨਾਂ ਅਸੀਂ ਕਿਸੇ ਨੂੰ ਮੰਨਦੇ ਹੀ ਨਹੀਂ। ਉਹਨਾਂ ਦਾ ਲੋਕਾਂ ਦਾ ਪ੍ਰਚਾਰ ਹੈ ਜਿਹੜੇ ਗੁਰੂ ਨਾਨਕ ਦੇ ਬਿਨਾਂ ਕਿਸੇ ਨੂੰ ਮੰਨਦੇ ਹੀ ਨਹੀਂ। ਗੁਰੂ ਨਾਨਕ ਉਹਨਾਂ ਨੇ ਸਾਬਤ ਕਰਨ ਦੀ ਇਹ ਵੀ ਕੋਸ਼ਿਸ਼ ਕੀਤੀ ਕਿ ਕਬੀਰ ਔਰ ਹੋਰ ਭਗਤਾਂ ਨੇ ਗੁਰੂ ਨਾਨਕ ਤੋਂ ਹੀ ਸਿੱਖਿਆ ਲਈ ਹੈ। ਇੱਥੋਂ ਬੇਈਮਾਨੀ ਦਾ ਪਤਾ ਲੱਗਦਾ ਹੈ, ਲੋਕ ਕੌਣ ਨੇ? ਇਹ ਹਿੰਦੂ ਨੇ, ਕੱਟੜ ਮਿਸ਼ਨਰੀ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਇਹ, ਪਰ ਕਾਮਯਾਬ ਨਹੀਂ ਹੋਏ। ਚਲੋ, ਪੋਥੀ ਸਾਹਿਬ ਨਾਂ ਰੱਖਿਆ, ਪੋਥੀ ਕਬੀਰ ਦਾ ਹੈ ਨਾ ਪਹਿਲਾਂ, ਪੋਥੀ ਕਬੀਰ ਨੇ ਕਹੀ ਹੈ, ਕਬੀਰ ਪੋਥੀ ਹੋਈ ਰਹਿਣੀ ਸੀ, ਕਬੀਰ ਦੀ ਕਹੀ ਹੋਈ ਗੱਲ, ਬਦਲ ਕਿਵੇਂ ਦਿੰਦੇ? ਗੁਰੂ ਅਰਜਨ ਦੇਵ ਜੀ ਨੇ ਨਹੀਂ ਪੋਥੀ ਲਿਖਿਆ ਆਪਣੀ ਮਰਜ਼ੀ ਨਾਲ, ਪਿੱਛੋਂ ਹੀ ਪੋਥੀ ਚਲੀ ਆਉਂਦੀ ਹੈ ਇਹ। ਪੋਥੀ ਹੋਈ ਕਹਿੰਦੇ ਨੇ ਆਤਮ ਗ੍ਰੰਥਾਂ ਦੇ, ਆਤਮ ਕਥਾ ਹੈ ਜਿਹੜੀ, ਹਰਕੀ ਕਥਾ ਹੈ, ਪਿਓਰ ਜਿਹੜਾ ਸਪਿਰਚੁਅਲਿਜ਼ਮ ਹੈ ਉਸ ਦੇ ਜਿਹੜਾ ਵੀ ਪੋਥੀ ਹੈ, ਲਿਖਤ ਹੈ, ਉਹਨੂੰ ਉਹਦਾ ਨਾਂ ਪੋਥੀ ਹੈ, ਗ੍ਰੰਥ ਨਹੀਂ ਹੁੰਦਾ। ਜਿਹੜੇ ਗ੍ਰੰਥ ਨੇ ਉਹ ਸਾਰੇ ਸੱਚੇ ਨਹੀਂ ਹੁੰਦੇ, ਉਹਨਾਂ 'ਚ ਕੋਈ ਚੀਜ਼ 'ਤੇ ਗੱਲ ਨਹੀਂ ਹੁੰਦੀ, ਡਿਫਰੈਂਟ ਕਿਸਮ ਦੀਆਂ ਗੱਲਾਂ ਡਿਫਰੈਂਟ ਆਦਮੀਆਂ ਦੇ ਵੀ ਲਿਖੇ ਹੁੰਦੇ, ਇੱਕ ਆਦਮੀ ਦਾ ਗ੍ਰੰਥ ਲਿਖਿਆ ਹੁੰਦਾ, ਵਿਸ਼ੇ ਡਿਫਰੈਂਟ ਹੁੰਦੇ ਨੇ। ਇਹ ਪੋਥੀ ਸਾਹਿਬ ਸਾਰਿਆਂ ਦਾ ਲਿਖਿਆ ਵਿਸ਼ਾ ਇੱਕੋ ਹੀ ਹੈ, ਇੱਕੋ ਵਿਸ਼ਾ ਲਿਖਿਆ ਹੈ ਸਾਰਿਆਂ ਦਾ, ਤਾਂ ਵੀ ਇਹਨਾਂ ਨੂੰ ਪੋਥੀ ਹੈ, ਵਿਸ਼ਾ ਇੱਕ ਹੈ। ਕੋਈ ਧਰਮ ਨਹੀਂ ਇੱਕ ਆਦਮੀ ਅਤੇ ਦੋ ਦਾ ਜਿਹੜਾ ਲਿਖਿਆ ਹੋਵੇ, ਸਵੈਰ ਸਾਡਾ ਜਿਹੜਾ ਪੋਥੀ ਵਾਲਾ ਧਰਮ ਹੈ ਇਹ ਇੱਕ ਤੋਂ ਜ਼ਿਆਦਾ ਆਦਮੀ ਦਾ ਲਿਖਿਆ ਹੋਇਆ, ਇਹਦੇ 'ਤੇ ਸਾਬਤ ਕੀਤਾ ਹੋਇਆ। ਪਰਮੇਸ਼ੁਰ ਕੀ ਹੈ, ਆਤਮ ਕਥਾ, ਰਾਮ ਕੀ ਕਥਾ, ਹਰ ਕੀ ਕਥਾ, ਸਾਰਿਆਂ ਨੇ ਕਹੀ ਹੈ, ਇੱਕ ਮਤ ਨੇ ਉਹ। ਹੋਰ ਕੋਈ ਵੀ ਦੁਨੀਆ ਦਾ ਧਰਮ ਦੋ ਆਦਮੀਆਂ ਦੀ ਮਤ ਇਕੱਠੀ ਵਾਲਾ ਹੈ ਨਹੀਂ। ਜੇ ਦੋ ਆਦਮੀ ਨੇ ਵਿੱਚ ਦਖਲ ਦਿੱਤਾ ਤਾਂ ਮਤ 'ਚ ਫਰਕ ਪਿਆ ਹੋਇਆ। ਖੈਰ, ਉਹ ਵੀ ਵਿਸ਼ਾ ਅੱਡ ਹੈ। ਹੁਣ ਪੋਥੀ ਦਾ ਸ਼ਬਦ ਕਬੀਰ ਤੋਂ ਚੱਲਿਆ ਸੀ, ਸਾਰੇ ਹੀ ਸ਼ਬਦ ਗੁਰਬਾਣੀ ਕਬੀਰ ਤੋਂ ਹੀ ਚੱਲੀ ਹੋਈ ਹੈ। ਕਬੀਰ ਨੇ ਮਗਰ ਜਾ ਕੇ ਖੋਜੀ ਤੀ, ਗ੍ਰੰਥ ਮਗਰ ਪਏ ਸੀ, ਕਾਸ਼ੀ ਵਿੱਚ ਤਾਂ ਕੁਛ ਵੀ ਨਹੀਂ ਹੈ, ਉੱਥੇ ਤਾਂ ਸਨਾਤਨੀ ਮਤ ਦੀ, ਜਿੱਥੇ ਕਬੀਰ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ, ਮੈਂ ਜਨਮੇ ਸਾਰਾ ਸ਼ਿਵਪੁਰੀ 'ਚ ਗਵਾਇਆ ਗਿਆ। ਇਹਨਾਂ ਨੇ ਉੱਥੇ ਕਾਸ਼ੀ ਦੇ ਵਿੱਚ ਨਿਰਮਣੇ ਭੇਜ ਕੇ ਸਿੱਖ ਪੜ੍ਹ ਕੇ ਦਸਮ ਪਾਤਸ਼ਾਹ ਨੇ ਭੇਜੇ ਜੀ, ਉੱਥੋਂ ਮਤ ਆਈ ਹੈ। ਉਹ ਮਤ ਵਿਗਾੜਨ ਵਾਸਤੇ
ਇਹ ਕਹਾਣੀ ਘੜੀ ਸੀ ਵੀ ਉੱਥੇ ਗਏ ਉਹ ਪੜ੍ਹ ਕੇ ਆਏ ਉੱਥੇ ਇਹਦਾ ਮਤਲਬ ਦਸਮ ਪਾਤਸ਼ਾਹ ਕੋਲ ਵਿੱਦਿਆ ਹੈ ਨਹੀਂ ਸੀ ਗੁਰੂ ਕੋਈ ਗਿਆ ਕਾਸ਼ੀ ਪੜ੍ਹਨ ਗੁਰੂਆਂ ਨੇ ਆਪਣੀ ਮੱਤ ਦਿੱਤੀ ਆਪਣੀ ਵਿੱਦਿਆ ਦਿੱਤੀ ਹੈ ਇਹ ਗੱਲਾਂ ਕਹਿ ਕੇ ਕਾਸ਼ੀ ਨੂੰ ਵੱਡਾ ਕਰਨਾ ਗੁਰੂ ਘਰ ਨੂੰ ਛੋਟਾ ਕਰਨ ਵਾਲੀਆਂ ਗੱਲਾਂ ਨੇ ਸਿੱਖਾਂ ਦੀਆਂ ਗੱਲਾਂ ਇਹ ਸਿੱਖ ਨਹੀਂ ਹੋ ਸਕਦੇ ਜਿਹੜੇ ਗੱਲਾਂ ਮੰਨਦੇ ਨੇ ਹਿੰਦੂ ਨੂੰ ਵੱਡਾ ਕਰ ਰਹੇ ਨੇ ਹਿੰਦੂ ਮਤ ਨੂੰ ਵੱਡਾ ਕਰਕੇ ਦਿਖਾ ਰਹੇ ਨੇ ਸਾਡੇ ਉੱਤੇ ਜਿਹੜੀ ਮੱਤ ਦਾ ਖੰਡਨ ਕਰ ਰਹੀ ਹੈ ਗੁਰਬਾਣੀ ਉਹਨੂੰ ਇਹਦੇ 'ਤੇ ਹਾਵੀ ਕਰ ਰਹੇ ਨੇ ਉਹੀ ਕੁਛ ਬਣਾਇਆ ਹੋਇਆ ਇਹਨਾਂ ਨੇ ਉਹਦੀ ਉਹ ਨਕਲ ਕੀਤੀ ਹੋਈ ਹੈ ਖੈਰ ਭਗਤਾਂ ਦੀ ਬਾਣੀ ਸਾਰੀ ਦਰਜ ਕਰਕੇ ਬਾਕੀ ਆਪਣੀ ਬਾਣੀ ਗੁਰੂਆਂ ਦੀ ਦਰਜ ਕਰਕੇ ਪੋਤੀ ਸਾਹਿਬ ਤਿਆਰ ਹੋ ਗਈ ਕਰ ਲਈ ਗਈ ਉਹਦਾ ਸਰੋਵਰ ਪਹਿਲਾਂ ਬਣੀ ਰਿਹਾ ਸੀ ਚੌਥੇ ਪਾਤਸ਼ਾਹ ਨੇ ਸ਼ੁਰੂ ਕਰਤਾ ਸੀ ਉਹਦੇ ਵਿੱਚ ਇੱਕ ਕਮਰਾ ਬਣਾਇਆ ਗਿਆ ਜਿੱਥੇ ਹੁਣ ਸਰੋਵਰ ਦੇ ਵਿੱਚ ਬਣਾਇਆ ਸੀ ਕਮਰਾ ਉਹਦੇ ਵਿੱਚ ਸੁਰੱਖਿਅਤ ਰੱਖ ਦਿੱਤਾ ਆਲੇ ਦੁਆਲੇ ਪਾਣੀ ਭਰਤਾ ਤਾਂ ਕਿ ਇਹਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਪ੍ਰਕਾਸ਼ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਗੁਰੂ ਸਾਹਿਬ ਆ ਜਿਹੜੀ ਗੱਲ ਆਪੇ ਉਹਨਾਂ ਨੇ ਲਿਖੀ ਹੈ ਆਪੇ ਪ੍ਰਚਾਰ ਕਰਦੇ ਨੇ ਪ੍ਰਕਾਸ਼ ਦੀ ਕੀ ਲੋੜ ਪਈ ਸੀ ਇਹ ਤਾਂ ਇਹਨਾਂ ਨੇ ਦੁਕਾਨਦਾਰੀ ਵਾਲਿਆਂ ਨੇ ਉਹ ਬਣਾਇਆ ਜਾਣ ਕੇ ਵੀ ਉਦੋਂ ਦਾ ਹੀ ਪ੍ਰਕਾਸ਼ ਕੀਤਾ ਹੋਇਆ ਸੀ ਪ੍ਰਕਾਸ਼ ਕਰਦੇ 2 ਸਾਲ 'ਚ 3 ਸਾਲ 'ਚ ਜਾਂ 10-20 ਸਾਲ 'ਚ ਸਾਰੇ ਪੱਤਰੇ ਬੋਲਦੇ ਹੋ ਕੇ ਪੜ ਜਾਂਦੇ ਇਹ ਤਾਂ ਹਜ਼ਾਰਾਂ ਸਾਲਾਂ ਵਾਸਤੇ ਰਿਕਾਰਡ ਤਿਆਰ ਕੀਤਾ ਸੀ ਉਹਨਾਂ ਪੋਤੀ ਸਾਹਿਬ ਦਾ ਰਹਿ ਜਾਂਦੇ ਰਿਕਾਰਡ ਵਾਲੀਆਂ ਗ੍ਰੰਥ ਰੋਜ਼ ਫੋਲੀਦੇ ਹੁੰਦੇ ਨੇ ਰਿਕਾਰਡ ਵਾਲੇ ਦਸਤਾਵੇਜ਼ ਰੋਜ਼ ਫੋਲੀਦੇ ਹੁੰਦੇ ਨੇ ਇਹ ਸਭ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਜਿਹੜੇ ਬੁੱਧੀਹੀਨ ਨੇ ਬੁੱਧੀਹੀਨਾਂ ਨੂੰ ਤਾਂ ਗੱਲਾਂ ਕਹਿ ਸਕਦੇ ਹੋ ਤੁਸੀਂ ਬੁੱਧੀ ਬਾਨ ਤਾਂ ਸਭ ਕੁਝ ਲੱਭ ਲੈਂਦੇ ਹੁੰਦੇ ਨੇ ਵੀ ਗੱਲ ਕੀ ਹੈ ਹੁਣ ਦੋਹਾਂ ਧਰਮਾਂ ਨੂੰ ਖਤਰਾ ਹੋ ਗਿਆ ਪੋਤੀ ਸਾਹਿਬ ਤੋਂ ਕਿਉਂਕਿ ਉਹ ਜੇ ਹਿੰਦੂ ਹੈ ਨਾ ਤੁਰਕੂ ਕਾਣਾ ਦੋਹੇ ਨੇ ਲਿਖੇ ਹੋਏ ਹਾਲਾਂਕਿ ਮੁਸਲਮਾਨ ਨੂੰ ਕਾਣਾ ਨਹੀਂ ਲਿਖਿਆ ਹੋਇਆ ਤੁਰਕੂ ਕਾਣਾ ਹੈ ਤੁਰਕੂ ਕੌਣ ਹੈ ਜੋ ਇਸਲਾਮ ਤੋਂ ਥੱਲੇ ਡਿੱਗਿਆ ਹੋਇਆ ਹਿੰਦੂ ਕੌਣ ਹੈ ਜੋ ਵੇਦ ਤੋਂ ਥੱਲੇ ਡਿੱਗਿਆ ਹੋਇਆ ਵੇਦ ਤੋਂ ਥੱਲੇ ਡਿੱਗਿਆ ਹੋਇਆ ਹਿੰਦੂ ਹੈ ਦੂਏ ਪਾਸੇ ਵੇਦ ਤੋਂ ਕੁਰਾਨ ਤੋਂ ਥੱਲੇ ਡਿੱਗਿਆ ਹੋਇਆ ਜਿਹੜਾ ਹੈ ਉਹ ਤੁਰਕੂ ਹੈ ਗੁਰਬਾਣੀ ਤੋਂ ਥੱਲੇ ਡਿੱਗਿਆ ਹੋਇਆ ਹਿੰਦੂ ਹੈ ਪਹਿਲਾਂ ਵੇਦ ਸੀ ਹੁਣ ਬਾਣੀ ਵੀ ਤਾਂ ਇਹੀ ਉਹੀ ਹੈ ਬਾਣੀ ਬਰਮਾ ਵੇਦ ਧਰਮ ਦਿਲੋ ਇਹ ਵੀ ਤਾਂ ਵੇਦ ਧਰਮ ਹੀ ਹੈ ਭਾਸ਼ਾ ਦਾ ਹੀ ਫਰਕ ਹੈ ਕੁਰਾਨ ਤੋਂ ਥੱਲੇ ਡਿੱਗਿਆ ਹੋਇਆ ਜਿਹੜਾ ਤੁਰਕੂ ਹੈ ਮੁਸਲਮਾਨ ਨਹੀਂ ਹੈ ਉਹ ਤਾਂ ਕਹਿੰਦੇ ਨੇ ਮੁਸਲਮਾਨ ਗੁਰਬਾਣੀ ਤਾਂ ਕਹਿੰਦੀ ਹੈ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ ਮੁਸਲਮਾਨ ਦੀ ਨਿੰਦਿਆ ਨਹੀਂ ਹੈ ਮੁਸਲਮਾਨ ਜੋ ਨਹੀਂ ਹੈ ਮੁਸਲਮਾਨ ਗਿਰ ਗਿਆ ਕੁਰਾਨ ਤੋਂ ਥੱਲੇ ਉਹ ਤੁਰਕੂ ਹੈ ਕੋਈ ਤਰਕ ਕਰਦਾ ਤਰਕ ਨਹੀਂ ਕਰਦਾ ਕੁਤਰਕ ਕਰਦਾ ਹੁਜਤਾਂ ਕਰਦਾ ਹੁਜਤ ਐਵੇਂ ਵਿਦਵਾਨ ਜਿਵੇਂ ਹੁਜਤਾਂ ਕਰਦੇ ਨੇ ਮਿਸ਼ਨਰੀ ਵਾਲੇ ਸਭ ਹੁਜਤਾਂ ਹੀ ਕਰਦੇ ਨੇ ਤਰਕ ਤਾਂ ਹੈ ਹੀ ਨਹੀਂ ਨਾ ਕੋ ਸੱਚ 'ਤੇ ਤਰਕ ਹੁੰਦਾ ਹੀ ਨਹੀਂ ਖੈਰ ਜਿਹੜੇ ਵਿਦਵਾਨ ਸੀ ਪੰਡਿਤ ਦੇ ਚੇਲੇ ਸੀ ਉਹ ਪ੍ਰਿਥੀ ਦੇ ਨਾਲ ਸੀ ਪੰਜਵੇਂ ਪਾਤਸ਼ਾਹ ਤੋਂ ਵੱਡੇ ਦੋਏ ਭਰਾ ਪ੍ਰਿਥੀ ਚੰਦ ਔਰ ਮਹਾਂਦੇਵ ਦੋਈ ਖਿਲਾਫ ਨੇ ਉਹ ਸ੍ਰੀ ਚੰਦ ਨਾਲ ਜਾ ਰਲੇ ਕਹਿੰਦੇ ਸਾਨੂੰ ਗੱਦੀ ਕਿਉਂ ਨਹੀਂ ਮਿਲੀ ਗੱਦੀ ਤਾਂ ਉਹਨਾਂ ਨੂੰ ਤਾਂ ਨਹੀਂ ਮਿਲੀ ਉਹਨਾਂ ਦੀ ਵਿਚਾਰਧਾਰਾ ਇਮਾਨਦਾਰੀ ਵਾਲੀ ਹੈ ਨਹੀਂ ਸੀ ਉਹਨਾਂ ਨੇ ਦੂਏ ਪਾਸੇ ਅੰਦਰੋਂ ਰਲੇ ਹੋਏ ਤਾਂ ਵਿਗਾੜ ਦੇਣੀ ਸੀ ਗੁਰੂ ਸਾਹਿਬ ਨੂੰ ਪਤਾ ਸੀਗਾ ਵੀ ਇਹ ਵਿਗਾੜ ਦੇਣਗੇ ਉਹ ਤਾਂ ਭਰੋਸਾ ਨਹੀਂ ਕੀਤਾ ਸ੍ਰੀ ਚੰਦ ਦੇ ਗੁਰੂ ਨਾਨਕ ਨੇ ਭਰੋਸਾ ਨਹੀਂ ਕੀਤਾ ਦਾਤੂ ਦਾਸੂ ਅਤੇ ਗੁਰੂ ਅੰਗਦ ਨੇ ਭਰੋਸਾ ਨਹੀਂ ਕੀਤਾ ਇਵੇਂ ਗੁਰੂ ਅਮਰਦਾਸ ਨੇ ਆਪਣੇ ਮੁੰਡਿਆਂ 'ਤੇ ਭਰੋਸਾ ਭਰੋਸੇ ਯੋਗ ਹੀ ਨਹੀਂ ਸੀ ਉਹ ਭਰੋਸਾ ਕਰਦੇ ਕਿਉਂ ਵੀ ਵਿਗਾੜ ਦੇਣਗੇ ਦੋਵਾਂ ਨਾਲ ਰਲੇ ਨੇ ਅੰਦਰੋਂ ਬਾਅਦ 'ਚ ਉਹਨਾਂ ਨੇ ਉਹ ਕੰਮ ਕੀਤੇ ਵੀ ਸਾਰਿਆਂ ਨੇ ਉਹ ਕੰਮ ਕੀਤੇ ਵੀ ਜ਼ਹਿਰ ਵੀ ਹੈਗਾ ਹੁਣ ਇਹ ਸਾਰਾ ਗਰੁੱਪ ਸੀ ਜਿਹੜਾ ਸ੍ਰੀ ਚੰਦ ਤੋਂ ਲੈ ਕੇ ਪ੍ਰਿਥੀ ਤੱਕ ਇਹ ਗੁਰੂ ਘਰ ਤੋਂ ਖਿਲਾਫ ਹੋ ਗਿਆ ਪੰਜਵੇਂ ਪਾਤਸ਼ਾਹ ਤੋਂ ਇਹਨਾਂ ਨੇ ਚੁਗਲੀਆਂ ਕਰ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਇਹ ਸਾਫ ਗੱਲਾਂ ਜ਼ਹਿਰ ਨੇ ਇਹ ਅਸੀਂ ਗੱਲਾਂ ਕਿਉਂ ਲੁਕੋਈਆਂ ਕਿਉਂ ਨਹੀਂ ਖੋਜ ਕਰਦੇ ਡਰ ਲੱਗਦਾ ਇਹ ਖੋਜ ਕਰਕੇ
ਪੜ੍ਹਦੇ ਜ਼ਾਹਰ ਹੁੰਦੇ ਨੇ। ਤਿੰਨ ਵਾਰ ਇਤਿਹਾਸ ਸਾਡਾ ਕਹਿੰਦਾ ਵੀ ਛੇਵੇਂ ਪਾਤਸ਼ਾਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਪਿਰਥੀ ਕੋਲ ਹੈ ਨਾ, ਇਹ 66 ਨੇ, ਪੰਜਵੇਂ ਪਾਤਸ਼ਾਹ 66 ਨੇ ਜਨਮ ਉੱਥੇ ਦਾ। ਉਹਨਾਂ ਨੇ ਉਹ ਵੰਡ 'ਚ ਆ ਗਿਆ ਅੰਮ੍ਰਿਤਸਰ, ਉਹਦੀ ਵੰਡ 'ਚ ਆ ਗਿਆ ਪੋਥੀ ਸਾਹਿਬ ਵੀ ਇੱਥੇ ਰਹਿ ਗਈ ਇਹਨਾਂ ਕੋਲ ਰਹਿ ਗਿਆ ਧੀਰਮੱਲੀਆਂ ਕੋਲ। ਇਹ ਸਭ ਇਤਿਹਾਸ ਕਿਉਂ ਲੁਕੋਇਆ ਹੋਇਆ, ਇਹਦੀ ਖੋਜ ਕਿਉਂ ਨਹੀਂ ਕੀਤੀ? ਇੱਥੋਂ ਡਰ ਲੱਗਦਾ, ਇੱਥੋਂ ਆ ਜਿਹੜਾ ਸਾਰਾ ਟੋਲਾ ਨਾ ਅੱਜ ਕਾਬਜ਼ ਸਿੱਖੀ 'ਤੇ, ਇਹ ਟੋਲੇ ਦੇ ਇੱਥੇ ਭੇਦ ਖੁੱਲਦੇ ਨੇ ਸਾਰੇ। ਇਹ ਉਹ ਸਾਰਾ ਹੀ ਟੋਲਾ ਹੈ ਜਿਹੜਾ ਗੁਰਮਤਿ ਅਤੇ ਗੁਰੂ ਘਰ ਦੇ ਖਿਲਾਫ਼ ਸੀ। ਨਹੀਂ ਤਾਂ ਦਸਮ ਪਾਤਸ਼ਾਹ ਜੇ ਸਾਰੇ ਹੀ ਸਿੱਖ ਹੁੰਦੇ ਪੰਜਾਬ ਛੱਡ ਕੇ ਜਾਂਦੇ। ਸਭ ਇਤਿਹਾਸ ਹੈ, ਜਦ ਪੱਤਾ ਪੱਤਾ ਵੈਰੀ ਹੈ ਖਾਲਸੇ ਦਾ, ਅਤੇ ਉਹ ਪੱਤਾ ਪੱਤਾ ਕੌਣ ਸੀ? ਆ ਸਾਰੀ ਬਬਲ ਕੇ ਸੀ ਜਿਹੜੀ ਇੱਥੇ ਵੱਸਦੀ ਸੀ, ਅਤੇ ਫਿਰ ਖਾਲਸੇ ਦੇ ਹੱਕ 'ਚ ਕੌਣ ਸੀ? ਆ ਸਾਰੇ ਸਿੱਖ ਨੇ। ਇਹ ਗੱਲਾਂ ਜੇ ਕਹੀਏ, ਸਾਰਿਆਂ ਦਾ ਨੰਗਾ ਹੁੰਦਾ, ਨੰਗ ਕੱਪੜੇ ਸਾਰਿਆਂ ਦੇ ਲੈਂਦੇ ਨੇ। ਅੱਜ ਤਾਂ ਇੱਕ ਤਾਂ ਇੱਕ ਸਿੱਖ ਬਣਿਆ ਫਿਰਦਾ, ਪਰ ਅੰਦਰੋਂ ਸਿੱਖ ਕੋਈ ਵੀ ਨਹੀਂ ਹੈ, ਅੰਦਰੋਂ ਗੁਰੂ ਵਾਲਾ ਕੋਈ ਵੀ ਨਹੀਂ, ਗੁਰਬਾਣੀ ਨੂੰ ਕੋਈ ਵੀ ਨਹੀਂ ਮੰਨਦਾ। ਕਰਤਾਰ ਉਹੀ ਹੈ, ਉੱਪਰੋਂ ਉੱਪਰੋਂ ਸਿੱਖੀ ਦਾ ਪ੍ਰੇਮ ਹੈ। ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆਂ, ਇਹ ਗੁਰਬਾਣੀ 'ਚ ਦਰਜ ਆ ਸਭ ਗੱਲਾਂ। ਹਾਂਜੀ ਚਲੋ, ਹੁਣ ਗੁਲਾਮ ਰਹੇ ਬਹੁਤ ਦੇਰ ਮੁਸਲਮਾਨਾਂ ਦੇ, ਹਮਲੇ ਹੁੰਦੇ ਰਹੇ ਮੁਸਲਮਾਨਾਂ ਦੇ, ਸਭ ਲੁੱਟ ਕੇ ਲੈ ਜਾਂਦੇ ਰਹੇ ਪੰਜਾਬ ਨੂੰ, ਦਿੱਲੀ ਤੱਕ ਲੁੱਟ ਕੇ ਲੈ ਜਾਂਦੇ ਰਹੇ। ਤਾਂ ਹੀ ਕਹਿੰਦੇ ਸੀ ਨਾ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਅਤੇ ਰਹਿਣਾ ਕੀ ਸੀ? ਘੜਿਆਂ ਦਾਣੇ ਵੀ ਨਹੀਂ ਸੀ ਰਹਿੰਦੇ ਲੋਕਾਂ ਦੇ, ਗਰੀਬੀ ਸੀ। ਉਹ ਗਰੀਬੀ ਤੋਂ ਤੰਗ ਆ ਗਏ, ਫਿਰ ਉਹਦੇ ਬਾਅਦ ਖਾਲਸੇ ਦਾ ਵੀ ਰਾਜ ਹੋਇਆ ਕੁਛ ਚਿਰ, ਰਣਜੀਤ ਸਿੰਘ ਦਾ ਵੀ ਰਾਜ ਹੋਇਆ ਕੁਛ ਚਿਰ, ਅਤੇ ਫਿਰਦੇ ਰਹੇ ਗੱਡਿਆਂ 'ਤੇ ਸਮਾਨ ਲੱਦੀ ਉਜੜੇ ਪੁਜੜੇ ਹੋਏ। ਉਦੋਂ ਜਿਹੜੇ ਸੀ ਦੂਏ, ਉਹਨਾਂ ਨੇ ਕਿਹਾ ਵੀ ਜੇ ਇਹ ਰਾਜ ਹੋ ਗਿਆ ਸਿੱਖਾਂ ਦਾ, ਧਰਮ ਹੋ ਗਿਆ ਪੱਕਾ, ਅਤੇ ਫਿਰ ਸਾਡੇ ਤੋਂ ਗਏ ਬੰਦਾ ਬਹਾਦਰ ਕਿਉਂ ਆਇਆ ਸੀ? ਬੰਦਾ ਬਹਾਦਰ ਕਿਉਂ ਇਹਨਾਂ ਨੇ ਦੂਏ ਪਾਸੇ ਕੀਤਾ ਸੀ? ਵੀ ਸਿੱਖੀ ਕਿਤੇ ਪੱਕੀ ਨਾ ਹੋ ਜਾਵੇ, ਮੰਦਰਾਂ ਨੂੰ ਖਤਰਾ ਨਾ ਹੋ ਜਾਵੇ, ਮੂਰਤੀ ਪੂਜਾ ਜਾਂਦੀ ਨਾ ਰਹੇ। ਬਾਈ ਧਾਰੀਆਂ ਨੇ ਤਾਂ ਹੀ ਬੰਦੇ ਬਿਆਲ ਬਹਾਦਰ ਨੂੰ ਆਪਣੀ ਕੁੜੀ ਦਿੱਤੀ ਇਹਨੂੰ ਬਚਾਉਣ ਵਾਸਤੇ। ਬੰਦਾ ਬਹਾਦਰ ਤਾਂ ਹੀ ਕਹਿੰਦਾ ਮੈਂ ਤੁਹਾਡਾ ਸਿੱਖੇ ਨਹੀਂ, ਤਾਂ ਹੀ ਉਹਨੇ ਰਾਜ ਕਾਇਮ ਕੀਤਾ। ਇਹ ਸਭ ਕੁਛ ਸਿੱਖੀ ਨੂੰ ਲੀਹੋ ਲਾਉਣ ਵਾਸਤੇ ਹੋਇਆ ਹੋਇਆ ਇਤਿਹਾਸ। ਅੱਜ ਬੰਦੇ ਬਹਾਦਰ ਦੀ ਅਸੀਂ ਜੈ ਜੈਕਾਰ ਕਰਦੇ ਹਾਂ, ਸਿੱਖ ਇਤਿਹਾਸ ਦੇ ਵਿੱਚ ਕਿਤੇ ਬੰਦੇ ਬਹਾਦਰ ਨੂੰ ਜਗ੍ਹਾ ਹੀ ਨਹੀਂ ਦਿੱਤੀ ਹੋਈ, ਕਿਤੇ ਸਟੇਜ 'ਤੇ ਉਹਦਾ ਜ਼ਿਕਰ ਨਹੀਂ ਸੀ ਕਰਦੇ ਹੁੰਦੇ। ਹੁਣ ਬੰਦਾ ਬਹਾਦਰ ਬੰਦਾ ਬਹਾਦਰ ਹੋ ਰਹੀ ਹੈ, ਕਿਉਂਕਿ ਐਂਟੀ ਸਿੱਖੀਜ਼ਮ ਜੋ ਲੋਬੀ ਹੈ ਉਹ ਹਾਵੀ ਹੈ, ਹਾਵੀ ਹੋ ਗਈ ਸੀ। ਉਹਨਾਂ ਨੇ ਤਾਂ ਦੇਖਿਆ ਸੀ ਸਾਰਾ ਕੁਛ ਖਤਮ ਕਰੇ ਦਿੱਤਾ। ਛੇਵੇਂ ਪਾਤਸ਼ਾਹ 'ਤੇ 3 ਹਮਲੇ ਹੋਏ ਅੰਮ੍ਰਿਤਸਰ 'ਚੋਂ, ਉਹ 6ਵੇਂ ਪਾਤਸ਼ਾਹ ਦੇ ਨਾਲ ਅਕਾਲ ਤਖ਼ਤ ਦਾ ਜੋੜ ਰਹੇ ਨੇ, ਕਿਵੇਂ ਵੀ ਕਦ ਜੁੜ ਗਿਆ? ਹਮਲੇ ਹੋਏ, ਇਹ ਗੱਲ ਝੂਠ ਹੈ, ਇਹ ਅਕਾਲ ਤਖ਼ਤ ਨਾਲ ਜੋੜਿਆ ਹੋਇਆ, ਇਹ ਝੂਠ ਹੈ। ਦੋਹਾਂ 'ਚੋਂ ਕਿਹੜਾ ਝੂਠ ਹੈ ਦੱਸਣ? ਪਿਰਥੀਆ ਤਾਂ ਉਹਨਾਂ ਦੀ ਜਾਨ ਦਾ ਦੁਸ਼ਮਣ ਹੈ, ਪਿਰਥੀ ਦੀਆਂ 3-4 ਪੀੜ੍ਹੀਆਂ ਅੰਮ੍ਰਿਤਸਰ 'ਤੇ ਕਾਬਜ ਰਹੀਆਂ ਨੇ। 1696 ਤੱਕ ਪਿਰਥੀ ਦੀ ਔਲਾਦ ਦਾ ਕਬਜ਼ਾ ਰਿਹਾ ਅੰਮ੍ਰਿਤਸਰ। 96 ਦੇ ਵਿੱਚ ਛੱਡ ਕੇ ਗਏ ਨੇ, 98 ਦੇ ਵਿੱਚ ਸੰਗਤ ਗਈ ਹੈ ਅਨੰਦਪੁਰ ਸਾਹਿਬ ਗੁਰੂ ਸਾਹਿਬ ਕੋਲ, ਬਈ ਤੁਸੀਂ ਜੀ ਉਹ ਸੁਣਨਾ ਪਿਆ ਸਥਾਨ ਉੱਥੇ ਆ ਸਭ, ਆਪ ਨਹੀਂ ਆਏ ਫਿਰ ਵੀ ਭਾਈ ਮਨੀਸ ਨੂੰ ਭੇਜਿਆ ਵੀ ਤੁਸੀਂ ਜਾ ਕੇ ਸੇਵਾ ਕਰੋ। ਮਨੀਸ ਨਾਲ ਕੀ ਕੀਤਾ ਇਹਨਾਂ ਲੋਕਾਂ ਨੇ, ਸ਼ਹੀਦੀ ਕਿਵੇਂ ਕਰਵਾਈ, ਉਹ ਵੀ ਇਤਿਹਾਸ ਪਿਆ ਸਾਡੇ ਕੋਲ। ਇਹ ਸਾਰੇ ਹੀ ਉੱਥੇ ਕੁਛ ਜੋ ਸੀ ਅੰਮ੍ਰਿਤਸਰ 'ਚ ਹੋਇਆ ਅੱਜ ਤੱਕ, ਉਹ ਸਾਰਾ ਇਤਿਹਾਸ ਕਲੀਅਰ ਹੈ ਬਿਲਕੁਲ। ਖਾਲਸੇ ਤਾਂ ਐਂਟੀ ਰਹੇ ਨੇ, ਨੀਲੇ ਰੰਗ ਦਾ ਇੱਕ ਵੀ ਕੱਪੜਾ ਕੋਈ ਨਿਸ਼ਾਨ 'ਤੇ ਕਿਤੇ ਉੱਥੇ ਨਹੀਂ ਬਰਦਾਸ਼ਤ ਦੇਣਾ ਲੋਕਾਂ ਨੂੰ,
ਨੀਲਾ ਰੰਗ ਦਸਮ ਪਾਤਸ਼ਾਹ ਦਾ, ਅਤੇ ਖਾਲਸੇ ਨਾਲ ਉਹਦਾ ਸੰਬੰਧ ਕਿਵੇਂ ਜੋੜਤਾ ਬਈ ਤੁਸੀਂ? ਬ੍ਰਹਮ ਬੂਟਾ ਉੱਥੇ ਹੈ, ਬੇਰੀ ਉੱਥੇ ਹੈ, ਦਰੱਖਤਾਂ ਦੀ ਪੂਜਾ ਉਹ ਤਾਂ ਹਿੰਦੂ ਮਤ ਹੈ ਤਾਂ ਸਾਰਾ, ਉੱਥੇ ਕਿਵੇਂ ਆਵੜਿਆ? ਛੇਵੇਂ ਪਾਤਸ਼ਾਹ ਦੀ ਜਗ੍ਹਾ 'ਚ ਚੀਜ਼ਾਂ ਕਿਵੇਂ ਆਵੜੀਆਂ? ਨੌਵੇਂ ਗੁਰੂ ਨੂੰ ਤੁਸੀਂ ਕੁੰਡਾ ਨਹੀਂ ਖੋਲਿਆ। ਅਕਾਲ ਤਖ਼ਤ ਫਿਰ ਮਹਾਨ ਹੈ, ਸਭ ਪਾਜ ਖੁੱਲ੍ਹ ਗਿਆ, ਸਭ ਸਿੱਖੀ ਤੋਂ ਅੱਟੀ ਖੜ੍ਹੇ ਨੇ ਇਹ ਲੋਕ। ਅੱਜ ਮੰਨ ਗਏ ਵੀ ਪ੍ਰਚਾਰ ਗਲਤ ਹੈ, ਮੰਨਣਾ ਪੈਂਦਾ, ਕਰਨ ਕੀ, ਵਰਲੇ ਮੰਨ ਲਿਆ, ਸਾਰੀ ਦੁਨੀਆ ਧਰਮਾਂ ਨੇ ਮੰਨ ਲਿਆ ਵੀ ਆਹ ਸਿੱਖੀ ਅਸਲੀ ਹੈ, ਆਹ ਧਰਮ ਅਸਲੀ ਹੈ, ਪਰ ਪ੍ਰਚਾਰ ਫਿਰ ਨਹੀਂ ਕਰ ਸਕਦੇ, ਸ਼ੁਰੂ ਫਿਰ ਨਹੀਂ ਕਰ ਸਕਦੇ, ਨਾ ਕਰਨ ਇਹ। ਜੇ ਕਰਨਗੇ ਤਾਂ ਵੀ ਮਰਨਗੇ, ਨਾ ਕਰਨਗੇ ਤਾਂ ਵੀ ਮਰਨਗੇ। ਮੈਂ ਕਿਹਾ ਸੀ ਦੋਹੀਂ ਪਾਸੇ ਮੌਤ ਹੈ, ਨਾ ਕਰੋਗੇ ਤਾਂ ਵੀ ਮਰੋਗੇ, ਕਰੋਗੇ ਤਾਂ ਵੀ ਮਰੋਗੇ। ਗੁਰੂ ਵਾਲੇ ਬਣੋਗੇ ਤਾਂ ਵੀ ਮਰ ਕੇ ਬਣਨਾ ਪੈਣਾ, ਮੰਨਣਾ ਪੈਣਾ ਅਸੀਂ ਝੂਠੇ ਸੀ, ਮੰਨਣਾ ਪੈਣਾ ਅਸੀਂ ਗੁਰੂ ਦੇ ਦੁਖੀ ਸੀ ਜਾਂ ਗੁਰੂ ਦੇ ਦੁਖੀਆਂ ਦੀ ਔਲਾਦ ਹਾਂ, ਅਤੇ ਜੇ ਦੁਖੀ ਬਣ ਕੇ ਰਹਿਣਾ ਫਿਰ ਸਿੱਖ ਨਹੀਂ ਮੰਨਣਾ, ਫਿਰ ਵੀ ਮਰ ਗਏ, ਸਿੱਖੀ ਦੇ ਵਿਹੜੇ 'ਚੋਂ ਬਾਹਰ ਨਿਕਲ ਗਏ। ਇੱਥੇ ਖੜੀ ਆ ਗੱਲ। ਉਹਨਾਂ ਲੋਕਾਂ ਨੇ ਟਾਈਮ ਲੰਘਦਾ ਆ ਗਿਆ, ਸਿੱਖਾਂ ਦਾ ਰਾਜ ਹੋ ਗਿਆ, ਰਣਜੀਤ ਸਿੰਘ ਦਾ ਵੇਲਾ ਆ ਗਿਆ, ਫਿਰ ਇਹਨਾਂ ਨੇ ਕਿਹਾ ਵੀ ਹੁਣ ਆਪਾਂ ਐਂ ਕਰੀਏ, ਸਿੱਖੀ ਨੂੰ ਲਿਓ ਕਿਵੇਂ ਲਾਈਏ, ਗੁਰਦੁਆਰੇ ਬਣਾਈਏ। ਉਹਨਾਂ ਤੋਂ ਰਣਜੀਤ ਸਿੰਘ ਨੇ ਦਿੱਤੇ ਗੁਰਦੁਆਰੇ ਬਣਾ ਦਿੱਤੇ, ਜ਼ਮੀਨਾਂ ਲਾ ਦਿੱਤੀਆਂ, ਅਕਾਲੀ ਫੂਲਾ ਸਿੰਘ ਨੇ ਵਿਰੋਧ ਕੀਤਾ, ਗੁਰਦੁਆਰੇ ਦੀਆਂ ਬਾਰਾਂ ਲਿਖੀਆਂ ਗਈਆਂ ਜੀ, ਉਹਦੇ ਵਿੱਚ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਇਹ ਸਭ ਕੁਛ ਲਿਖ ਕੇ ਇਹ ਦੁਕਾਨਾਂ ਬਣਾ ਲਈਆਂ, ਮੰਦਰ ਬਣਾ ਲਏ, ਗੁਰਦੁਆਰੇ ਬਣਾ ਲਏ, ਪੂਜਾ ਹੋਣ ਲੱਗ ਗਈ। ਜਿਹੜਾ ਧਰਮ ਸੀ ਕਹਿੰਦਾ ਕਾਲ ਖਾਏ ਕਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਹਨੂੰ ਪੂਜਾ ਵਾਲਾ ਧਾਨ ਖਾਣ ਲੱਗ ਗਏ, ਪੂਜਾ ਉਹੀ ਬਣਾ ਲਏ, ਹਿੰਦੂ ਮਤ ਬਣਾ ਦਿੱਤਾ ਮੁੜ ਕੇ। ਨਿਰਮਲੇ ਵਿੱਚ ਆਵੜੇ ਸਾਖੀ ਕਰ ਲਈ, ਗੁਰੂ ਸਾਹਿਬ ਨੇ ਪੰਜ ਬੰਦੇ ਭੇਜੇ ਸੀ ਜੀ ਉੱਥੇ ਕਾਸ਼ੀ ਪੜ੍ਹਨ, ਕਾਸ਼ੀ ਦੀ ਮਤ ਤਾਂ ਉਲਟੀ ਹੈ, ਉੱਥੇ ਤਾਂ ਸਨਾਤਨ ਮਤ ਹੈ, ਕਬੀਰ ਉੱਥੇ ਹੀ ਪੈਦਾ ਹੋਇਆ ਸੀ। ਜੇ ਕਬੀਰ ਕਾਸ਼ੀ ਵਾਲੀ ਮਤ ਠੀਕ ਸੀ, ਕਬੀਰ ਕਾਸ਼ੀ ਛੱਡ ਕੇ ਮਗਰ ਕਿਉਂ ਗਿਆ? ਕਾਹਦੇ ਕਹਿੰਦਾ ਵੀ ਸਗਲ ਜਨਮ ਸ਼ਿਵਪੁਰੀ ਗਵਾਇਆ, ਸਭ ਕੁਛ ਸੀ ਲਿਖਿਆ ਹੋਇਆ, ਪਰ ਖੋਜ ਕੌਣ ਕਰਦਾ? ਜਿਹੜੇ ਅਗਲੇ ਤੋਂ ਤਾਂ ਹਲਕੋ ਹੀ ਬੈਠੇ ਤੇ ਦੱਬੀ ਬੈਠੇ ਤੇ ਸਭ ਕੁਛ, ਵੀ ਇਹ ਗੱਲ ਭਾਫ ਬਾਹਰ ਨਹੀਂ ਨਿਕਲਣ ਦੇਣੀ। ਇਹ ਸਾਰਾ ਇਤਿਹਾਸ ਹੈ, ਐਡਾ ਬੜਾ ਇਤਿਹਾਸ ਹੈ ਇਹਦੇ ਪਿੱਛੇ। ਪੋਥੀ ਸਾਹਿਬ ਔਰ ਗੁਰੂ ਗ੍ਰੰਥ 'ਤੇ ਇੱਕ ਮੁਸਲਮਾਨ ਆਇਆ ਸੀ, ਪੁੱਛਦਾ 8 ਸਾਲ 9 ਸਾਲ ਫਿਰਦਾ ਰਿਹਾ ਸੀ, ਮੈਨੂੰ ਅਨੰਦਪੁਰ ਸਾਹਿਬ ਮਿਲਿਆ ਤਾਂ ਸਾਰੇ ਲੁਕਦੇ ਤੇ ਉਹ ਜਾਂ ਪੁੱਛਦਾ ਹੁੰਦਾ ਸੀ ਉਹਨੂੰ, ਉਹਦਾ ਵੀ ਇਹੀ ਸਵਾਲ ਸੀ ਵੀ ਪੋਥੀ ਸਾਹਿਬ ਸੀ ਪਹਿਲਾਂ ਗੁਰੂ ਗ੍ਰੰਥ ਸਾਹਿਬ, ਕਦ ਤੋਂ ਲਿਖਿਆ, ਕਿਉਂ ਲਿਖਿਆ, ਕਿਹਨੇ ਲਿਖਿਆ, ਕੋਈ ਜਵਾਬ ਨਹੀਂ ਦੇ ਰਿਹਾ। ਜਿਹੜੀ ਇਹਨਾਂ ਨੇ ਕਹਾਣੀ ਬਣਾਈ ਹਜ਼ੂਰ ਸਾਹਿਬ ਦੀ, ਸਾਰੀ ਝੂਠ ਹੈ। ਪਹਿਲੀ ਗੱਲ ਤਾਂ ਇਹ ਹੈ, ਜੇ ਦਸਮ ਪਾਤਸ਼ਾਹ ਨੇ ਗੁਰਿਆਈ ਦਿੱਤੀ ਹੈ ਤਾਂ ਖਾਲਸੇ ਨੂੰ ਕੀ ਦਿੱਤਾ ਸੀ ਜੀ? ਤੂੰ ਆਪ ਅੰਮ੍ਰਿਤ ਸਿੱਖਿਆ, ਖਾਲਸੇ ਨੂੰ ਗੁਰੂ ਖਾਲਸਾ ਕਿਉਂ ਕਿਹਾ? ਕਿਉਂ ਲਿਖਿਆ ਉਹਨਾਂ ਨੇ ਖਾਲਸਾ ਮੇਰੋ ਸਤਿਗੁਰ ਪੂਰਾ? ਤਾਂ ਉਹਨਾਂ ਦੀ ਲਿਖਤ ਹੈ ਸਾਡੇ ਕੋਲ, ਨਾਲੇ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਚੇਲਾ ਆ ਉਹ, ਬਚਨ ਮੰਨਿਆ ਖਾਲਸੇ ਦਾ, ਖਾਲਸੇ ਫੈਸਲੇ ਖਾਲਸਾ ਹੀ ਕਰਦਾ ਰਿਹਾ। 5 ਪਿਆਰਿਆਂ ਤੋਂ ਬਾਅਦ ਗੁਰੂ ਸਾਹਿਬ ਨੇ ਅੰਮ੍ਰਿਤ ਨਹੀਂ ਛਕਾਇਆ ਕਦੇ ਆਪਣੇ ਹੱਥ ਨਾਲ ਕਿਸੇ ਨੂੰ, 5 ਪਿਆਰੇ ਹੀ ਛਕਾਉਂਦੇ। ਇਹ ਤਾਂ ਇਹਨਾਂ ਨੇ ਪੂਜਾ ਖਾਣੀ ਸੀ, ਸ਼੍ਰੀ ਚੰਦ ਦੇ ਚੇਲੇ ਸੀ, ਹਿੰਦੂ ਮਤ ਬਣਾਉਣਾ ਤਾਂ ਹਿੰਦੂ ਮਤ ਬਣਾ ਦਿੱਤਾ। ਗੁਰੂ ਗ੍ਰੰਥ ਤਾਂ ਲਿਖਿਆ, ਵਚਨ ਮੰਨਣ ਵਾਸਤੇ ਗੁਰੂ ਨਹੀਂ ਲਿਖਿਆ। ਗੁਰਬਾਣੀ ਮੰਨੋ ਜਾਂ ਗੁਰੂ ਗ੍ਰੰਥ ਹੈ, ਸਿੱਖ ਕਹਿੰਦੇ ਹੋ ਗੁਰੂ ਗ੍ਰੰਥ ਦੇ, ਫਿਰ ਗੁਰੂ ਨਾਨਕ ਦਾ ਨਾਂ ਕਾਹਦੇ ਲੈਂਦੇ ਹੋ? ਗੁਰੂ ਨਾਨਕ ਨਾਮ ਰਹੇਗਾ ਜਾਂ ਗ੍ਰੰਥ ਆ ਗਿਆ, ਗੁਰੂ ਨਾਨਕ ਦਾ ਨਾਂ ਕਿਉਂ ਲਈ ਜਾਂਦੇ ਹੋ? ਫਿਰ ਭਗਤਾਂ ਦੀ ਬਾਣੀ ਨਹੀਂ, ਉਦੋਂ ਕਬੀਰ ਦੀ ਬਾਣੀ ਹੈ, ਵਿੱਚ ਸਾਰਿਆਂ ਦੀ ਬਾਣੀ ਹੈ, ਅਤੇ ਉਹਨਾਂ ਦਾ ਨਾਂ ਹੀ ਲੈਂਦੇ ਗੁਰੂ
ਇੱਥੋਂ ਹੀ ਪਤਾ ਲੱਗਦਾ ਬੇਈਮਾਨੀ ਹੈ, ਕਿੰਨੀ ਨਫ਼ਰਤ ਆ ਤੁਹਾਡੇ ਅੰਦਰ, ਕਿੱਦਾਂ ਭਿੰਨ ਭੇਦ ਆ ਤੁਹਾਡੇ ਅੰਦਰ, ਕਿੰਨੀ ਈਰਖਾ ਦੁਸ਼ ਹੈ ਉਹਨਾਂ ਲੋਕਾਂ ਦੇ ਅੰਦਰ ਜਿਹੜੇ ਗੁਰੂ ਨਾਨਕ ਨਾਮ ਲੇਵਾ ਜਿਹਨਾਂ ਨੇ ਉੱਚਾ ਇਹ ਹਾਈਲਾਈਟ ਕੀਤਾ ਇਕੱਲਾ। ਕਿਉਂ? ਨਾਨਕ ਦੇ ਬਿਨਾਂ ਉਹ ਕਿਸੇ ਨੂੰ ਗੁਰੂ ਨਹੀਂ ਮੰਨਦੇ ਸੀ, ਉਹਦੇ ਬਾਅਦ ਸ਼੍ਰੀ ਚੰਦ ਨੂੰ ਮੰਨਦੇ ਨੇ, ਸੋਢੀਆਂ ਨੂੰ ਗੁਰੂ ਮੰਨਦੇ ਹੀ ਨਹੀਂ, ਉਹ ਨਾ ਦੂਆਂ ਨੂੰ ਮੰਨਦੇ ਨੇ। ਦੂਏ ਤਾਂ ਖੈਰ ਰਲ ਗਏ, ਅਤੇ ਅੰਗਦ ਦੇ ਮੁੰਡੇ ਵੀ ਰਲ ਗਏ, ਸਾਨੂੰ ਗੁਰਿਆਈ ਨਹੀਂ ਮਿਲੀ, ਆਪਣੇ ਅਮਰਦਾਸ ਦੇ ਵੀ ਟੱਬਰ ਰਲ ਗਿਆ, ਸਾਨੂੰ ਤਾਂ ਮਿਲੀ ਨਹੀਂ, ਗੁਰੂ ਨਾਨਕ ਗੁਰੂ ਹੈ, ਇਹਨਾਂ ਨੇ ਤਾਂ ਏਕਾ ਕਰ ਲਿਆ ਸੀ, ਸਾਨੂੰ ਤਾਂ ਗੁਰਿਆਈ ਮਿਲੀ ਨਹੀਂ, ਅਸੀਂ ਕਹਿ ਦਿੰਦੇ ਵੀ ਸ਼੍ਰੀ ਚੰਦ ਦੇ ਗੁਰੂ ਹੈ, ਬਸ ਹੋਰ ਹੈ ਹੀ ਨਹੀਂ ਕੋਈ, ਇਸ ਕਰਕੇ ਨਾਨਕ ਨਾਮ ਲੈ ਬਈ ਹੈ ਸਿਰਫ ਭਗਤ। ਉੱਦਾਂ ਹੀ ਇਹਨਾਂ ਨੇ ਬਾਹਰ ਕੱਢੇ ਹੋਏ ਨੇ ਵੀ ਉਹ ਨੀਚ ਜਾਂਦੇ ਨੇ, ਜਿਹੜੇ ਪੰਡਿਤ ਨੇ ਉਹ ਵੀ ਭਗਤ, ਉਹਨਾਂ ਨੇ ਤਾਂ ਬਾਹਰ ਰੱਖੇ ਵੀ ਜੇ ਉਹ ਰੱਖ ਲਏ ਤਾਂ ਦੂਏ ਵੀ ਰੱਖਣੇ ਪੈਣਗੇ। ਇਹ ਸਭ ਕੀ ਕੁਛ ਹੋਇਆ ਹੈ, ਸਭ ਪਤਾ ਹੈ ਪਿੱਛੇ ਕੀ ਹੋਇਆ ਹੈ, 300 ਸਾਲ ਸਭ ਪਤਾ ਹੈ। ਕਿੰਨਾ ਗੱਲ ਬੋਲੋਗੇ ਤੁਸੀਂ, ਕਿੱਥੇ ਕਿੱਥੇ ਪੜ੍ਹਦੇ ਪਾਲੋਗੇ ਤੁਸੀਂ, ਸਭ ਪਤਾ ਲੋਕਾਂ ਨੂੰ। ਉਹ ਚਲੋ ਲੋਕਾਂ ਨੂੰ ਤਾਂ ਪਤਾ ਲੱਗ ਜੂਗਾ, ਜਿਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਸਭ, ਸਾਡਾ ਸਭ ਕੁਝ ਸੁਣਿਆ ਹੋਇਆ। ਕੁਛ ਸਿਆਣੇ ਉੱਦਾਂ ਵੀ ਖੋਜ ਲੈਂਦੇ, ਹਿਸਾਬ ਲਾ ਲੈਂਦੇ ਹੁੰਦੇ ਨੇ, ਜਦੋਂ ਬੁੱਧ ਪ੍ਰਕਾਸ਼ ਹੁੰਦੀ ਹੈ ਸਭ ਪਤਾ ਲੱਗ ਜਾਂਦਾ ਹੁੰਦਾ, ਇਹ ਕੀ ਹੈ, ਕਿਵੇਂ ਹੋਇਆ ਹੋਊ, ਕੀ ਹੋਇਆ ਹੋਊ, ਕੀ ਹਾਲਾਤ ਹੋਏ ਹੋਣਗੇ। ਇਹਨਾਂ ਨੇ ਮੂਰਤੀ ਪੂਜਾ ਕਰਨੀ ਤੀ ਕਰ ਲਈ, ਬਸ ਸਿੱਧੀ ਗੱਲ ਮੂਰਤੀ ਪੂਜਾ। ਹੁਣ ਗੁਰੂ ਲਿਖ ਦਿੱਤਾ, ਫਿਰ ਇੱਕ ਕੋਰਟ ਨੇ ਲਿਖਤਾ ਜੀ ਅਲਾਈਵ ਗੁਰੂ ਹੈ, ਗੁਰਬਾਣੀ ਤਾਂ ਬਣਦੀ ਨਹੀਂ ਇਹ ਗੱਲ ਨੂੰ। ਉਹ ਫਿਰ ਉਹਨੂੰ ਭੁੱਖ ਵੀ ਲੱਗਦੀ ਹੋਊ, ਪਿਆਸ ਵੀ ਲੱਗਦੀ ਹੈ, ਗਰਮੀ ਵੀ ਲੱਗਦੀ ਹੈ, ਫਿਰ ਕੱਪੜੇ ਵੀ ਦੇਣ ਲੱਗ ਗਏ, ਏਸੀ ਵੀ ਲਾਉਣ ਲੱਗ ਗਏ। ਕੀ ਪਖੰਡ ਕਰ ਰਹੇ ਹੋ ਤੁਸੀਂ, ਕਿੱਥੇ ਤੱਕ ਚਲੇ ਜਾਓਗੇ? ਗੁਰੂ ਬਾਹਮਣ ਗੁਰੂ ਹੈ ਜਗਤ ਕਾ ਹੈ ਪਹਿਲਾਂ, ਭਗਤ ਭਗਤਨ ਕਾ ਗੁਰਨਾਏ ਭਗਤ ਗੁਰੂ ਨਹੀਂ ਕਹਿੰਦੇ, ਗੁਰ ਕਹਿੰਦੇ ਨੇ, ਗੁਰਦੇਵ ਕਹਿੰਦੇ ਨੇ, ਸਾਡੇ ਵੀ ਗੁਰਦੇਵ ਕਹਿੰਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ। ਗੁਰੂ ਬਹੁ ਵਚਨ ਹੈ, ਇੱਕ ਵਚਨ ਹੁੰਦਾ ਹੀ ਨਹੀਂ ਗੁਰੂ, ਆਦਮੀ ਖਤਰ ਤਾਂ ਗੁਰੂ ਕਿਤੇ ਆਇਆ ਹੀ ਨਹੀਂ। ਹਾਂ ਇਹ ਸੰਸਾਰੀ ਭਾਸ਼ਾ 'ਚ ਆਇਆ, ਬਾਹਮਣ ਗੁਰੂ ਹੈ ਜਗਤ ਕਾ, ਗੋਰਖਨਾਥ ਨੂੰ ਵੀ ਗੁਰੂ ਕਹਿੰਦੇ ਨੇ, ਉਹ ਅੱਡਾ, ਉਹ ਜਨੇਊ ਨਹੀਂ ਪਾਉਂਦਾ, ਬਾਹਮਣ ਜਨੇਊ ਪਾਉਂਦਾ, ਬਾਹਮਣ ਗੁਰੂ ਹੈ ਜਗਤ ਕਾ। ਅਤੇ ਜੇ ਗੁਰੂ ਗ੍ਰੰਥ ਨੂੰ ਵੀ ਗੁਰੂ ਬਣਾ ਲਿਆ, ਉਹਨਾਂ ਦਾ ਬਾਹਮਣ ਸੀ ਗੁਰੂ, ਤੁਹਾਡਾ ਗ੍ਰੰਥ ਗੁਰੂ ਹੈ, ਬਾਹਮਣ ਦੇ ਬਰਾਬਰ ਹੈ ਫਿਰ, ਕਿ ਐਡੇ ਛੋਟੇ ਲੈਵਲ 'ਤੇ ਲਿਆਉਂਦਾ ਤੁਸੀਂ। ਗੁਰੂ ਦਾ ਨਿੰਦਿਆ ਵੀ ਕੀਤੀ ਹੋਈ ਹੈ, ਗੁਰੂ ਸ਼ਬਦ ਦੀ ਨਿੰਦਿਆ ਵੀ ਕੀਤੀ ਹੈ, ਗੁਰੂ 'ਚ ਡੁਪਲੀਕੇਸੀ ਆ ਗਈ, ਜੇ ਡੁਪਲੀਕੇਸੀ ਨਹੀਂ ਆਈ ਤਾਂ ਭਗਤਾਂ 'ਚ ਨਹੀਂ ਆਈ, ਸੰਤਾਂ 'ਚ ਵੀ ਡੁਪਲੀਕੇਸੀ ਆਈ ਹੋਈ ਹੈ, ਸਾਰਿਆਂ 'ਚ ਵੀ ਡੁਪਲੀਕੇਸੀ ਆਈ ਹੋਈ ਹੈ, ਜੇ ਬਚਿਆ ਇਕੱਲਾ ਭਗਤ ਭਗਤ ਬਚੇ ਨੇ ਡੁਪਲੀਕੇਸੀ ਤੋਂ। ਅਤੇ ਗੁਰੂ ਦੀ ਵੀ ਨਿੰਦਿਆ, ਸੰਤ ਦੀ ਵੀ ਨਿੰਦਿਆ, ਸਾਧ ਦੀ ਵੀ ਨਿੰਦਿਆ ਗੁਰਬਾਣੀ 'ਚ, ਇਹਦਾ ਗੁਰਮੁਖ ਦੀ ਨਿੰਦਿਆ ਨਹੀਂ ਹੈ, ਇਹ ਗੁਰਸਿੱਖ ਦੀ ਵੀ ਨਿੰਦਿਆ ਨਹੀਂ, ਸਿੱਖ ਦੀ ਨਿੰਦਿਆ ਹੈ, ਗੁਰਸਿੱਖ ਦੀ ਨਹੀਂ ਹੈ। ਸਿੱਖ ਤਾਂ ਪੰਡਤ ਦਾ ਵੀ ਹੈ, ਜਿਹਨੇ ਉਹ ਪਾਉਂਦਾ ਉਹ ਸਿੱਖ ਹੈ, ਜਿਹੜਾ ਗੁਰੂ ਆ ਤਾਂ ਸਿੱਖ ਹੁੰਦਾ ਹੈ। ਹੁਣ ਕਹਿੰਦੇ ਨੇ ਮਾਈ ਮੁੰਡੋ ਅਤੇ ਗੁਰੂ ਕੀ ਜਾਤੇ ਬ੍ਰਹਮ ਨਾ ਜਾਏ, ਇਹ ਤਾਂ ਨਿੰਦਿਆ, ਗੁਰੂ ਦੀ ਤਾਂ ਨਿੰਦਿਆ, ਡੁਪਲੀਕੇਸੀ ਆ ਗਈ। ਕੀ ਬਾਹਮਣ ਦੇ ਬਰਾਬਰ ਬਣਾਤਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਥੱਲੇ? ਉਹ ਪਰਮੇਸ਼ੁਰ ਤੋਂ ਇੱਕ ਵਿਅਕਤੀ ਦੇ ਤੌਰ 'ਤੇ ਬਣਾਤਾ, ਉਹ ਕਹਿੰਦੇ ਨੇ ਪਰਮੇਸ਼ੁਰ ਦੀ ਜਗ੍ਹਾ ਹੈ, ਤੁਸੀਂ ਇੱਕ ਵਿਅਕਤੀ ਦੀ ਜਗ੍ਹਾ ਬਣਾਉਂਦੇ ਹੋ, ਔਰ ਉਸ ਵਿਅਕਤੀ 'ਤੇ ਮੂੰਹ ਕਹੋਨੇ ਹੋ, ਜਿਹੜਾ ਵਿਅਕਤੀ ਕਹਿੰਦਾ ਜੋ ਮੂੰਹ ਕਹੋ ਪਰਮੇਸ਼ੁਰ ਉੱਚਰੈ ਤੇ ਨਰ ਸਰ ਨਰਕ ਕੁੰਡਵੇਂ ਭਰਾਂ, ਜਿਹੜੇ ਮੈਨੂੰ ਪਰਮੇਸ਼ੁਰ ਕਹਿਣਗੇ ਉਹ ਨਰਕ ਜਾਣਗੇ। ਉਹਨਾਂ ਨੇ ਦਸਮ ਗ੍ਰੰਥ 'ਚ ਸਾਫ ਲਿਖਿਆ ਹੋਇਆ, ਇਸੇ ਕਰਕੇ ਦਸਮ ਗ੍ਰੰਥ ਮੁਕਰੇ ਨੇ, ਵੀ ਜੇ ਇਹਨੂੰ ਮੰਨਗੇ ਫਿਰ ਤਾਂ ਮੂਰਤੀ ਪੂਜਾ ਹੋ ਹੀ ਨਹੀਂ ਸਕਦੀ। ਦਸਮ ਗ੍ਰੰਥ ਨੂੰ ਨਾ ਮੰਨਣ ਦੇ ਕਾਰਨਾਂ ਦਾ ਵੀ ਸਾਨੂੰ ਪਤਾ ਕੀ ਨੇ, ਇਹ ਨਹੀਂ ਵੀ ਨਹੀਂ ਪਤਾ, ਸਭ ਪਤਾ। ਇਹ ਆਪਣੇ ਜਵਾਬ ਤਿਆਰ ਕਰਨ, ਇਹ ਦੱਸਣ
ਇਹ ਤਾਂ ਇੱਕ ਗੱਲ ਕਹਿ ਦਿੱਤੀ ਵੀ ਗਲਤ ਪ੍ਰਚਾਰ ਹੋ ਗਿਆ, ਚੱਲ ਖੇੜਾ ਛੜਾ ਲਿਆ, ਠੀਕ ਹੈ। ਕੀ ਗਲਤ ਹੋਇਆ ਉਹ ਵਿਸਤਾਰ ਨਾਲ ਦੱਸਣਾ ਅਸੀਂ, ਇਹ ਤਾਂ ਮੰਨ ਕੇ ਗਲਤ ਹੈ। ਕਿੱਥੋਂ ਗਲਤੀ ਹੋਈ, ਕਿਹਨੇ ਪਾਈ, ਕਿਵੇਂ ਪਈ, ਇਤਿਹਾਸ ਕੀ ਹੈ, ਉਹ ਹੁਣ ਦੱਸਣਾ। ਸਭ ਜਾਣ ਬੁੱਝ ਕੇ ਹੋਇਆ। ਪੰਡਿਤ ਨੇ ਬਾਟ ਵੇਦ ਦੀ ਵੀ ਪਾੜੀ ਸੀ, ਸਿਮਰਤ ਸ਼ਾਸਤਰ ਘੜੇ ਸੀ, ਉਹਨਾਂ ਦਾ ਵੀ ਮਿਸਯੂਜ ਹੋਇਆ। ਇੱਥੇ ਇਹਨਾਂ ਨੇ ਬਾਅਦ ਵਿੱਚ ਗ੍ਰੰਥ ਘੜੇ ਨੇ। ਆਹ ਜਿਹੜਾ ਹੈ ਨਾ ਗਿਆਨੀ ਗ੍ਰੰਥ, ਉਹਨਾਂ ਨੇ ਲਿਖਿਆ ਗੁਰੂ ਮਾਨਿਓ ਗ੍ਰੰਥ, ਇਹਨਾਂ ਨੇ ਲਿਖਵਾਇਆ। ਉੱਥੇ ਕਿਉਂ ਲਿਖਵਾਇਆ, ਕਿਉਂ ਲੋੜ ਪਈ ਬਈ? ਇਹਦਾ ਮਤਲਬ ਹੈ ਗੁਰੂ ਮਾਨਿਓ ਗ੍ਰੰਥ ਦਾ ਮਤਲਬ ਇਹ ਹੋਇਆ ਵੀ ਗੁਰੂ ਨੂੰ ਗ੍ਰੰਥ ਮੰਨਿਓ, ਪਹਿਲਾਂ ਮੰਨਦੇ ਨਹੀਂ ਸੀ, ਇਹਦਾ ਮਤਲਬ ਇਹ ਵੀ ਹੈ। ਪਹਿਲਾਂ ਨਹੀਂ ਮੰਨਦੇ, ਕਿਹੜਾ ਗ੍ਰੰਥ ਬਈ? ਗੁਰੂ ਮਾਨਿਓ ਤਾਂ ਗ੍ਰੰਥ ਹੈ, ਕਿਹੜਾ ਗ੍ਰੰਥ? ਇਹ ਤਾਂ ਪੋਥੀ ਸਾਹਿਬ ਸੀ। ਫਿਰ ਕਿਹੜੇ ਗ੍ਰੰਥ ਨੂੰ ਗੁਰੂ ਮੰਨਿਓ? ਉਹ ਤਾਂ ਕਿਹਾ ਨਹੀਂ ਉਹਨੇ। ਜਾਂ ਦੱਸੋ ਗਿਆਨ ਸੁ ਕਿਹੜਾ, ਕਿਹੜੇ ਗ੍ਰੰਥ ਨੂੰ ਕਹਿੰਦਾ ਗੁਰੂ ਮੰਨਿਓ? ਗ੍ਰੰਥ ਨੂੰ ਕਹਿੰਦਾ ਕਿਸੇ ਨੂੰ? ਜੇ ਗ੍ਰੰਥ ਅਸੀਂ ਪੇਸ਼ ਆਈਏ ਜਾਈਏ, ਦਸਮ ਗ੍ਰੰਥ ਗ੍ਰੰਥ ਹੈ ਫਿਰ, ਦਸਮ ਪਾਤਸ਼ਾਹ ਦਾ ਗ੍ਰੰਥ ਹੈ ਦਸਮ ਗ੍ਰੰਥ, ਉਹਨੂੰ ਦਿੱਤੀ ਹੋ ਗਿਆ ਜੀ ਫਿਰ, ਜਾਂ ਫਿਰ ਉਹਨੂੰ ਮੰਨੋ ਦਿੱਤੀ ਹੈ? ਇਹ ਤਾਂ ਪੋਥੀ ਸਾਹਿਬ ਹੈ। ਹੁਣ ਵੀ ਪੋਥੀ ਸਾਹਿਬ ਹੈ ਨਾ, ਤੁਸੀਂ ਕਹੀ ਜਾਓ ਗ੍ਰੰਥ, ਅਸੀਂ ਤਾਂ ਮੰਨਦੇ ਹੀ ਨਹੀਂ, ਅਸੀਂ ਤਾਂ ਮੰਨਦੇ ਹੀ ਨਹੀਂ ਵੀ ਗ੍ਰੰਥ ਹੈ, ਅਸੀਂ ਤਾਂ ਪੋਥੀ ਸਾਹਿਬ ਕਹਾਂਗੇ। ਉਹ ਪਰਮੇਸ਼ਰ ਕਾ ਥਾਨ ਹੈ, ਅਸੀਂ ਇਹਦੀ ਪਦਵੀ ਕਿਵੇਂ ਘਟਾ ਦਾਂਗੇ? ਪਰਮੇਸ਼ਰ ਤੁਰਕੀ ਬਾਣੀ ਹੈ, ਉਹਨੂੰ ਅਸੀਂ ਗ੍ਰੰਥ ਦੇ ਬਰਾ ਗ੍ਰੰਥ ਆ, ਇੱਥੇ ਲੱਖਾਂ ਹੀ ਪਏ ਨੇ। ਕਹਿੰਦੇ ਅਸੰਖ ਗ੍ਰੰਥ, ਅਸੰਖ ਨੇ ਗ੍ਰੰਥ, ਤਾਂ ਉਹਨਾਂ ਦੇ ਬਰਾਬਰ ਕਰ ਦਈਏ ਅਸੀਂ ਗ੍ਰੰਥ ਨੂੰ, ਪੋਥੀ ਸਾਹਿਬ ਨੂੰ। ਤੁਸੀਂ ਕਰ ਸਕਦੇ ਹੋ, ਤੁਹਾਡੇ ਜਿਹੜੇ ਮੰਨਦੇ ਨੇ ਉਹ ਕਰ ਸਕਦੇ ਨੇ, ਉਹਨਾਂ ਦੇ ਅੰਦਰ ਤਾਂ ਉਹ ਤਾਂ ਗੁਰਬਾਣੀ ਤੋਂ ਨਫ਼ਰਤ ਕਰਦੇ ਨੇ, ਸੱਚ ਦੇ ਮਾਰਗ ਦੇ ਵਿਰੋਧੀ ਨੇ ਉਹ, ਸਿੱਖੀ ਐਂਟੀ ਸਿੱਖੀਜ਼ਮ ਉਹਨਾਂ ਦੀ ਵਿਚਾਰਧਾਰਾ, ਉਹ ਤਾਂ ਜਿਹੜੇ ਸਿੱਖੀ ਦੇ ਖਿਲਾਫ ਵਾਲੇ ਤਾਂ ਉਹ ਧੜੇ ਦੇ ਆਦਮੀ ਨੇ, ਉੱਥੋਂ ਹੀ ਆ, ADN ਨੇ ਉਹੀ ਹੈ ਉਹਨਾਂ ਦਾ। ਅਸੀਂ ਕਿਵੇਂ ਮੰਨ ਲਾਂਗੇ ਇਹ ਗੱਲ? ਪਰਮੇਸ਼ਰ ਦੇ ਥਾਂ ਤੋਂ ਘੱਟ ਅਸੀਂ ਨਹੀਂ ਮੰਨਦੇ ਇਹ ਗੱਲ, ਗੁਰਬਾਣੀ ਦਰਜ ਹੈ, ਅਸੀਂ ਪਦਵੀ ਨਹੀਂ ਘਟਾ ਸਕਦੇ ਗੁਰਬਾਣੀ ਦੀ, ਪਦਵੀ ਉਹੀ ਰਹੂਗੀ, ਪਰਮੇਸ਼ਰ ਦਾ ਥਾਂ ਨਹੀਂ ਰਹੂਗਾ। ਜੇ ਤੁਸੀਂ ਪਰਮੇਸ਼ਰ ਦਾ ਥਾਂ ਮੰਨਦੇ ਤਾਂ ਗੋਲਕ ਪਿੱਛੇ ਦਾੜੀਆਂ ਕਿਉਂ ਪੜਦੇ ਇੱਕ ਦੂਏ ਦੀਆਂ, ਝਗੜੇ ਕਿਉਂ ਕਰਦੇ ਮਾਇਆ ਪਿੱਛੇ, ਜਿਹਨੂੰ ਹਟਾ ਰਹੀ ਹੈ ਉਹ, ਜਿਹਨੂੰ ਨਾਗਣੀ ਕਹਿ ਰਹੀ ਹੈ ਬਾਣੀ, ਉਹਦੇ ਪਿੱਛੇ ਤੁਸੀਂ ਆ ਕੁਛ ਕਰਦੇ ਗੁਰਦੁਆਰਿਆਂ 'ਚ? ਕਰਦਾਰ ਵੀ ਦੇਖ ਲਓ, ਜੇ ਤੁਸੀਂ ਗ੍ਰੰਥ ਨੂੰ ਗੁਰੂ ਮੰਨਿਆ ਉਹਦਾ ਕਰਦਾਰ ਵੀ ਦੇਖ ਲਓ, ਉਹਦਾ ਨਤੀਜਾ ਵੀ ਦੇਖ ਲਓ ਕੀ ਹੋਇਆ। ਸਭ ਦੁਨੀਆ ਦੇ ਸਾਹਮਣੇ ਹੈ, ਅਨੰਦਪੁਰ ਸਾਹਿਬ 'ਤੇ ਲਿਖ ਕੇ ਦੇ ਗਏ ਸੀ ਬੇਦਾਵਾ, ਜਦ ਬੇਦਾਵਾ ਪਾੜਿਆ ਸੀ ਕੀਮਤ ਕੀ ਦੇਣੀ ਪਈ ਤੀ ਸਭ ਨੂੰ ਪਤਾ ਹੈ, ਉਦੋਂ ਘੱਟ ਕੀਮਤ ਨਾਲ ਬੇਦਾਵਾ ਨਹੀਂ ਪਾੜਿਆ ਜਾਣਾ ਕਿਸੇ ਦਾ ਵੀ, ਜਿਹੜੇ ਬੇਦਾਵਾ ਲਿਖ ਕੇ ਦਿੱਤਾ ਹੋਇਆ ਉਹਨਾਂ ਨੂੰ ਸਭ ਕੁਛ ਤਨ ਮਨ ਧਨ ਉਣ ਦੇਣਾ ਪੈਣਾ, ਫਿਰ ਬੇਦਾਵਾ ਪਾੜਿਆ ਜਾਊ, ਵਰਨਾ ਬੇਦਾ ਫਿਰ ਵੀ ਸ਼ਹੀਦ ਨਹੀਂ ਹੋਣਾ, ਮੁਕਤੇ ਹੋਣਗੇ, ਟੰਕਾ ਹੀ ਹੈ। ਜੇ ਗੁਰੂ ਨਾਲ ਜੁੜਨਾ ਤਾਂ ਉਦੋਂ ਘੱਟ ਕੀਮਤ ਕਿਸੇ ਨੂੰ ਵੀ ਨਹੀਂ ਤਾਰਨੀ ਪੈਣੀ, ਉਦੋਂ ਘੱਟ ਕੀਮਤ 'ਤੇ ਨਹੀਂ ਜੁੜਿਆ ਜਾ ਸਕਦਾ। ਇਹ ਸੀ ਢਿੱਡ ਦੀ ਭੁੱਖ ਵਾਲਿਆਂ ਨੇ ਗੁਰੂ ਲਿਖਿਆ ਵੀ ਚੜਾਵਾ ਚੜੂਗਾ ਖਾਵਾਂਗੇ, ਉਹ ਖਾ ਵੀ ਰਹੇ ਨੇ, ਸੋਨਾ ਵੀ ਲੱਗ ਰਿਹਾ। ਜਿਹੜਾ ਗੁਰਬਾਣੀ ਕਹਿੰਦੀ ਹੈ, ਤੈਸਾ ਸੁਣ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਉਹ ਤਾਂ ਸੋਨਾ ਚਾੜਦੇ ਨੇ ਇਹ ਸਿੱਖ ਨੇ, ਅੰਦਰ ਝਾਕ ਕੇ ਦੇਖੋ ਸਿੱਖੀ ਕਿਹੜੇ ਖੂੰਜੇ ਤੁਹਾਡੇ, ਜਿਹੜੇ ਗ੍ਰੰਥ ਨੂੰ ਗੁਰੂ ਪ੍ਰਚਾਰਦੇ ਹੋ, ਜਿਹੜੇ ਕਹਿੰਦੇ ਹੋ ਬਾਹਾਂ ਖੜੀਆਂ ਕਰਕੇ ਗੁਰੂ ਮਾਨਿਓ ਗ੍ਰੰਥ। ਉਹ ਢੱਡੀਆਂ ਵਾਲਾ ਵੀ ਇਹੀ ਕੋ ਕਹਿੰਦਾ, ਅੰਦਰ ਝਾਕ ਕੇ ਦੇਖੇ ਸਿੱਖੀ ਕਿੱਥੇ ਆ, ਕਿਸੇ ਖੂੰਜਾ ਕੋਈ ਖੂੰਜਾ ਸਿੱਖੀ ਵਾਸਤੇ ਹੈ ਨਹੀਂ ਤੁਹਾਡੇ ਅੰਦਰ, ਸਿੱਖੀ ਦਾ ਘਰ ਇਹ ਕਹਿੰਦੇ ਹੋ ਤਿੱਖੀ ਵਾਲੋ ਨਿੱਕੀ ਹੈ, ਕਹਿੰਦੇ ਹੋ ਤਿੱਖੀ ਤਾਂ ਹੈ ਆਤਮਘਾਤੀ ਵੀ ਹੈ, ਇਹ ਪੁੱਠੀ ਚੱਲ ਗਈ ਸਿੱਖੀ ਤੁਹਾਡੇ ਅੰਦਰ, ਗੁਰੂ ਨੂੰ ਤੋੜਤਾ ਨਰਕਾਂ ਨੂੰ ਲਈ ਜਾਂਦੀ ਹੈ,
ਲੈ ਗਈ ਕਿ ਨਰਕਾਂ ਦੇ ਵਿੱਚ ਹੀ ਹੋ, ਨਰਕਾਂ ਸੰਸਾਰ ਨਰਕੇ ਆ ਇਹਦੇ ਵਿੱਚ ਹੀ ਹੋ, ਇਹ ਸੰਸਾਰ ਦੀ ਵਡਿਆਈ ਵਾਸਤੇ ਲੜਾਈ ਜਿਹੜੇ ਲੜਦੇ ਨੇ ਉਹ ਨਰਕੀ ਜੀਵ ਨੇ, ਸਿੱਖੀ ਨਾਲ ਕੋਈ ਰਿਸ਼ਤਾ ਨਹੀਂ ਉਹਨਾਂ ਦਾ, ਤਾਂ ਸੰਸਾਰੀ ਵਡਿਆਈ ਦੀ ਲੜਾਈ ਲੜਦੇ ਨੇ। ਲੜਾਈ ਗੁਰਮਤਿ ਦੀ ਲੜੋ, ਧਰਮ ਦੀ ਲੜੋ, ਸੱਚ ਦੀ ਲੜੋ, ਸੱਚ ਦੇ ਧੜੇ 'ਚ ਆਓ। ਤੁਹਾਡੇ ਆਪਣੇ ਆਪਣੇ ਧੜੇ ਬਣਾਏ ਹੋਏ ਨੇ। ਸੋ ਪਲੈਨ ਇਹ ਬਣਿਆ ਵੀ ਗੁਰਦੁਆਰੇ ਬਣਾਏ ਜਾਣ, ਜ਼ਮੀਨਾਂ ਉਹਨਾਂ ਦੀਆਂ ਜਿਵੇਂ ਇਹਨਾਂ ਦੇ ਡੇਰੇ ਸੀ, ਹਿੰਦੂਆਂ ਦੇ ਜਿਵੇਂ ਸੀ, ਉਹੋ ਜਿਹੇ ਇਹਨਾਂ ਨੇ ਤੀਰਥ ਬਣਾ ਲਏ। ਸਾਰਾ ਕੁਛ ਉਹੀ ਬਣਾਇਆ। ਗ੍ਰੰਥ ਇੱਕ ਵਾਰ ਗੁਰੂ ਪ੍ਰਚਲਿਤ ਕਰਨ ਦੀ ਲੋੜ ਸੀ, ਚੜਾਵਾ ਸਭ ਪੂਜਾ, ਜੇ ਇਹ ਹੋਇਆ ਤਾਂ ਧਰਮ ਵੀ ਓਨਾ ਹੀ ਨਿਘਾਰ, ਉਹ ਤੋਂ ਜ਼ਿਆਦਾ ਨਿਘਾਰ ਚਲਿਆ ਗਿਆ ਥੋੜ੍ਹੇ ਟਾਈਮ, ਜਿਵੇਂ ਹਿੰਦੂ ਸੀ, ਹਿੰਦੂਆਂ ਨੂੰ ਵੀ ਭੈੜੇ ਹੋ ਗਏ, ਆਪ ਮੰਨਦੇ ਨੇ ਹੁਣ ਸਾਰੇ। ਕਿਉਂ ਹੋਇਆ? ਸਿਰਫ ਪੋਥੀ ਸਾਹਿਬ ਤੋਂ ਗੁਰੂ ਮਾਨਿਓ ਗ੍ਰੰਥ ਦੇ ਪ੍ਰਚਾਰ ਨੇ ਕੀਤਾ ਸਭ ਕੁਛ। ਹੁਣ ਹਾਲਤ ਇੱਥੇ ਤੱਕ ਹੋ ਗਈ, ਬੜੇ ਬੜੇ ਸਾਨੂੰ ਨਗਰ ਕੀਰਤਨ ਦਾ ਬਹਾਨਾ ਲਾ ਕੇ ਕਰਨੇ ਪੈਂਦੇ ਨੇ, ਉੱਥੋਂ ਜੀ ਫਲਾਣੇ ਥਾਂ ਤੋਂ ਉੱਥੇ ਨੂੰ ਗੁਰੂ ਗ੍ਰੰਥ, ਕਿਉਂ? ਚੜਾਵੇ ਵਾਸਤੇ। ਪਿੱਛੇ ਕੀ ਹੈ ਚੜਾਵਾ? ਗੱਲ ਕੁਛ ਵੀ ਨਹੀਂ, ਇਹ ਸਭ ਦੁਕਾਨਦਾਰੀ ਹੈ, ਸਿੱਖੀ ਨਹੀਂ ਆਇਆ ਇਹ। ਗੱਲਾਂ ਖੁੱਲ੍ਹ ਖੁੱਲ੍ਹ ਬਾਹਰ ਆਈ ਜਾਂਦੀਆਂ ਨੇ, ਸਭ ਜਾਣਦੇ ਨੇ, ਪਬਲਿਕ ਹੈ, ਸਭ ਜਾਣਦੀ ਹੈ। ਨਹੀਂ ਸੀ ਬੋਲਦੇ ਅੱਗੇ ਲੋਕ, ਸਾਨੂੰ ਤਾਂ ਬਹੁਤ ਦੇਰ ਦਾ ਪਤਾ, ਉਦੋਂ ਦਾ ਹੀ ਪਤਾ ਜਦੋਂ ਇਹਨਾਂ ਨੇ ਮਹੰਤਾਂ ਦੇ ਖਿਲਾਫ਼ ਮੂਵਮੈਂਟ ਚਲਾਈ ਹੈ, ਜਦੋਂ ਤਾਂ ਹੀ ਪਤਾ ਸਾਨੂੰ, ਪਤਾ ਸੀ ਮਹੰਤਾਂ ਨੂੰ ਖਤਰਨਾਕ ਨੇ ਇਹ, ਇਸੇ ਕਰਕੇ ਇਹਨਾਂ ਦੀ ਸਪੋਰਟ ਨਹੀਂ ਸੀ ਕੀਤੀ, ਇਸੇ ਕਰਕੇ ਚਾਬੀਆਂ ਇਹਨਾਂ ਨੂੰ ਅਸੀਂ ਉਹ ਕੇਸ 'ਚ ਦਖਲ ਹੀ ਨਹੀਂ ਦਿੱਤਾ, ਇਹ ਚਾਬੀਆਂ ਇਹਨਾਂ ਨੂੰ ਦਿੱਤੀਆਂ, ਦੁਆਤੀਆਂ, ਆਪ ਨਹੀਂ ਲਈਆਂ। ਪੂਜਾ ਦੇ ਤਾਨੇ ਇਹਨਾਂ ਨੂੰ ਖੁਲਾ ਤਾਂ ਆਪ ਨਹੀਂ ਖਾਧਾ, ਪਰ ਜੇ ਸਾਡਿਆਂ ਨੇ ਵੀ ਖਾ ਲਿਆ ਨਾ, ਸਿੰਘਾਂ ਨੇ ਜਾਤੇ ਵੇੜਾ, ਇਹਨਾਂ ਦਾ ਵੀ ਉੱਥੇ ਹੀ ਚਲਿਆ ਗਿਆ, ਡੁੱਬ ਗਿਆ, ਕਿਉਂ? ਪੂਜਾ ਦਾ ਤਾਨ ਇਹ ਸਾਰਿਆਂ 'ਤੇ ਕਰਦਾ ਹੈ ਸਰ। ਕਮਜ਼ੋਰੀਆਂ ਸਾਡੇ 'ਚ ਵੀ ਬਹੁਤ ਆ ਗਈਆਂ, ਪਰ ਸੰਭਲ ਗਏ ਹੁਣ, ਉਹਨਾਂ ਨੂੰ ਬਾਣਾ ਬਾਣਾ ਹੀ ਆ, ਬਸ ਉਹੀ ਬਚਾ ਗਿਆ। ਉਹ ਵੀ ਜਿਹੜਾ ਬਚ ਜੂਗਾ, ਜਿਹੜਾ ਚਿੰਬੜਿਆ ਰਿਹਾ ਨਾ ਜਾਇਦਾਦਾਂ ਨੂੰ, ਗੋਲਕਾਂ ਨੂੰ, ਉਹ ਨਹੀਂ ਬਚ ਸਕਦਾ, ਤਿਆਗ ਵਾਲਾ ਬਚੂਗਾ। ਇਹ ਮਾਇਆ ਹੈ, ਤਿਆਗ ਦਾ ਹੀ ਚਰਨੀ ਆ ਪਈ, ਉਹਦੇ ਚਰਨਾਂ ਨੂੰ ਆ ਕੇ ਪੈਂਦੀ ਹੈ ਜਿਹੜਾ ਤਿਆਗ ਦਿੰਦਾ ਹੈ। ਨਹੀਂ ਤਾਂ ਇਹ ਕਾਲੀ ਧਾਰ 'ਚ ਰੋੜ ਕੇ ਲੈ ਜਾਂਦੀ ਹੈ। ਇਹ ਗੁਰੂ ਮਾਨਿਓ ਗ੍ਰੰਥ ਦਾ ਪ੍ਰਚਾਰ ਸਿਰਫ ਮਾਇਆ ਖਾਤਰ ਹੋਇਆ, ਲੋਭ ਖਾਤਰ ਹੋਇਆ, ਚੜਾਵੇ ਖਾਤਰ ਹੋਇਆ, ਹੋਰ ਕੁਛ ਵੀ ਨਹੀਂ। ਜੇ ਗੁਰੂ ਦਾ ਵਚਨ ਮੰਨਣਾ ਹੁੰਦਾ, ਵਚਨ ਮੰਨਣ ਖਾਤਰ ਗੁਰੂ ਬਣਾਉਂਦੇ, ਤਾਂ ਬਾਣੀ ਦਾ ਵਚਨ ਮੰਨਦੇ, ਗੁਰਬਾਣੀ ਮੰਨਦੇ, ਤਾਂ ਗੋਲਕ ਨਾ ਰੱਖਦੇ ਮੂਹਰੇ। ਗੋਲਕ ਦਾ ਕੰਮ ਗੁਰਦੁਆਰੇ ਵਿੱਚ, ਗੁਰੂ ਦੇ ਮੂਹਰੇ ਵਿਚਾਲੇ, ਵੀ ਗਰੀਬ ਮੱਥਾ ਟੇਕਣਾ ਚਲਿਆ ਜਾਵੇ, ਜੇ ਗੋਲਕ ਦੇ ਵਿੱਚ ਕੁਛ ਪਾਊ ਨਾ, ਸ਼ਰਮ ਦਾ ਮਾਰਿਆ ਗੁਰਦੁਆਰੇ ਜਾਂਦਾ ਹੀ ਨਹੀਂ ਵਿਚਾਰਾ, ਗਰੀਬ ਕੀ ਕਰੂਗਾ? ਤੁਸੀਂ ਮੂਹਰੇ ਰੱਖਤਾ, ਨੀਅਤ ਕੁਛ ਹੋਰ ਹੈ, ਨੀਅਤ ਸਾਫ਼ ਨਹੀਂ ਸੀ, ਨਾ ਹੁਣ, ਹੁਣ ਕਿਹੜਾ ਸਾਫ਼ ਹੈ? ਕਿਹੜੇ ਕਿਹੜੇ ਸਕੈਂਡਲ ਗੋਲਕ 'ਚੋਂ ਹੀ ਹੋ ਰਹੇ ਨੇ, ਕਿਹੜੇ ਕਿਹੜੇ ਗੁਰਦੁਆਰਿਆਂ ਦੇ ਵੀ ਸਕੈਂਡਲ ਹੋਣ, ਕਿਹੜੇ ਕਿਹੜੇ ਜਿੰਦੇ ਕੋਲ ਕਾਨੂੰਨ ਹੈ ਕਿ ਸਾਡੇ 'ਚ ਕੋਈ ਵੀ ਸਿੱਖ ਨਹੀਂ ਜਿਹਦਾ ਐਤਵਾਰ ਕੀਤਾ ਜਾ ਸਕੇ, ਕਿ ਗੁਰੂ ਕੋਲ ਕੋਈ ਵੀ ਸਿੱਖ ਨਹੀਂ ਜਿਹੜਾ ਗੁਰੂ ਦੀ ਮਾਇਆ ਦੇ ਉੱਤੇ ਦੇਖ ਕੇ ਜਿਹਦਾ ਮਨ ਨਾ ਡੋਲ ਜਾਵੇ? ਇਹਦਾ ਮਤਲਬ ਸਿੱਖੀ ਦਾ ਦੁਬਾਰਾ ਨਿਕਲ ਚੁੱਕਿਆ, ਦੁਬਾਰੀਏ ਹੋ ਚੁੱਕੇ, ਰਜਿਸਟਰ ਲੱਗ ਗਏ, ਕੋਈ ਕਿਸੇ 'ਤੇ ਐਤਵਾਰ ਨਹੀਂ, ਬੇਈਮਾਨੀ ਕਰੂਗਾ, ਉਹ ਸਿਸਟਮ ਜੋ ਸਰਕਾਰ ਦਾ ਉਹ ਬੜ ਗਿਆ ਕਿ ਬੇਅਤਵਾਰਿਆਂ ਦਾ। ਗੁਰੂ ਘਰ ਕਿੱਥੇ ਰਹਿ ਗਿਆ? ਸੱਚੀ ਸਰਕਾਰ ਕਿੱਥੇ ਰਹਿ ਗਈ? ਝੂਠੀ ਸਰਕਾਰ ਵਾਲਾ ਸਿਸਟਮ ਹੈ ਤੁਹਾਡੇ, ਸੱਚੀ ਸਰਕਾਰ ਕਿੱਥੇ ਰਹਿ ਗਈ? ਦੁਖਦਾਈ ਗੱਲਾਂ ਨੇ, ਸਭ ਕਹਿਣੀਆਂ ਪੈਂਦੀਆਂ ਨੇ,
ਨਾ ਕਹੀਏ ਤਾਂ ਸਫਾਈ ਨਹੀਂ ਹੁੰਦੀ, ਨਾ ਮੰਨੀਏ ਜਿਹਨੇ ਨਹੀਂ ਮੰਨਣੀ ਨਾ ਮੰਨੇ, ਪਰ ਜਿਹੜੇ ਸੁਣਨਗੇ ਮੰਨਣਗੇ ਉਹ ਗੁਰੂ ਵਾਲੇ ਫਿਰ ਬਣ ਜਾਣਗੇ। ਇਹਨਾਂ ਨੂੰ ਛੱਡ ਕੇ ਇਹ ਸਿਸਟਮ ਤੋਂ ਬਾਹਰ ਨਿਕਲ ਕੇ ਗੁਰੂ ਵਾਲਾ ਬਣੂਗਾ ਜਿਹਨੇ ਬਣਨਾ। ਸਿਸਟਮ ਨੂੰ ਤਿਆਗ ਦਿਓ, ਇਹਨੂੰ ਜਿਹੜੇ ਕਰਦੇ ਨੇ ਕਰਦੇ ਰਹਿਣ, ਆਪੇ ਪਬਲਿਕ ਨੇ ਹਟ ਜਾਣਾ ਇਹਨਾਂ ਦੇ ਕੋਲ ਜਾਣ 'ਤੇ, ਆਪੇ ਹੀ ਤਿਆਗ ਦੇਣਾ। ਮੰਦਰਾਂ 'ਚ ਕੋਈ ਜਾਂਦਾ ਹੁਣ, ਗਿਰਜਿਆਂ 'ਚ ਕੋਈ ਜਾਂਦਾ? ਗਿਰਦੇ ਵਿਖਦੇ ਨੇ ਗਿਰਜੇ, ਇਹ ਵੀ ਇਹੀ ਹਾਲ ਹੋਜੂ, ਕੋਈ ਜਾਂਦਾ ਹੀ ਨਹੀਂ। ਇਹ ਤਾਂ ਭੋਗ ਭਾਗ ਮਰਗਤ ਦੇ ਪੈਂਦੇ ਨੇ ਜਾਂ ਦੂਏ ਪੈਂਦੇ ਨੇ ਤਾਂ ਚੱਲੀ ਜਾਂਦਾ, ਇਹਨਾਂ ਦਾ ਖਰਚਾ ਗੁਰਦੁਆਰਿਆਂ 'ਚ ਆਉਂਦਾ, ਕੋਈ ਕੀ ਕਰਨ ਜਾਊ ਉੱਥੋਂ ਲੈ ਕੇ ਕੀ ਆਉਂਦਾ? ਲੜਾਈ, ਪਾਰਟੀਬਾਜ਼ੀ, ਧੜੇਬੰਦੀ, ਇਹੀ ਕੁਛ ਸੀ ਗੁਰੂ ਘਰ 'ਚ ਜਿਹੜਾ ਅੱਜ ਮਿਲ ਰਿਹਾ, ਇਹੀ ਕੁਛ ਸੀ ਜੋ ਕੁਛ ਸੀ। ਜੇ ਪੋਥੀ ਸਾਹਿਬ ਲਿਖਦੇ ਤਾਂ ਉਹ ਦਿੰਦੇ ਜੋ ਵਿੱਚ ਲਿਖਿਆ ਹੋਇਆ ਹੈ, ਅਤੇ ਗੁਰੂ ਦਾ ਫਿਰ ਇਹੀ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਜੇ ਗੁਰੂ ਹੈ ਫਿਰ ਦਰਸ਼ਨ ਕਰਕੇ ਜਨਮ ਮਰਨ ਦੁੱਖ ਚੱਲੇ ਜਾਓ, ਕੀ ਲੋੜ ਹੈ ਬਈ ਅਮਰ ਛਕਣ ਦੀ? ਕੀ ਲੋੜ ਪਈ ਹੈ ਬਾਣੀ ਪੜ੍ਹਨ ਦੀ? ਕੀ ਲੋੜ ਪਈ ਹੈ ਨਿਤਨੇਮ ਕਰਨ ਦੀ? ਕੀ ਲੋੜ ਹੈ ਅੰਮ੍ਰਿਤ ਵੇਲਾ ਸੰਭਾਲਣ ਦੀ? ਜਨਮ ਮਰਨ ਨੇ ਦੁੱਖ ਕੱਟ ਲੈ। ਜਦੋਂ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ, ਤੁਸੀਂ ਰੁਮਾਲਾ ਲਾਉਣ ਤੋਂ ਨਾਲ ਪੜ੍ਹਦੇ ਹੋ, ਸੋ ਕੋ ਟਲ ਗੁਰ ਸੇਵੀ ਐ ਨੇ ਸਹਿ ਸੁਭਾਏ, ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਜੇ ਗੁਰੂ ਹੈ ਦਰਸ਼ਨ ਕਰ ਲਏ, ਜਨਮ ਮਰਨ ਦੁੱਖ ਚਲਿਆ ਗਿਆ, ਬਾਕੀ ਖਤਮ, ਕੀ ਲੋੜ ਹੈ ਬਾਕੀ? ਬਾਕੀ ਕੀ ਲੋੜ ਹੈ ਦੱਸੋ ਸਹੀ, ਜਾਂ ਫਿਰ ਉਹ ਝੂਠ ਹੈ ਬਾਣੀ? ਗੁਰਬਾਣੀ 'ਤੇ ਭਰੋਸਾ ਲੋਕਾਂ ਦਾ ਹੋਵੇ ਕਿਵੇਂ? ਪੜ੍ਹਦੇ ਕੀ ਹੋ? ਕੀ ਹੋ? ਗੱਲ ਕੀ ਹੈ? ਗੁਰੂ ਕੀ ਹੈ? ਜੇ ਗੁਰੂ ਹੈ, ਜੇ ਗੁਰੂ ਦਾ ਦਰਸ਼ਨ ਹੋ ਗਿਆ, ਜਨਮ ਮਰਨ ਦੁੱਖ ਚਲਿਆ ਜਾਣਾ। ਜੇ ਤੁਹਾਡਾ ਗੁਰੂ ਹੈ, ਜਨਮ ਮਰਨ ਦੁੱਖ ਕੱਟ ਕੇ ਦਿਖਾਓ, ਕਿਉਂਕਿ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਹੈ। ਜੇ ਦਰਸ਼ਨ ਨਾਲ ਜਨਮ ਮਰਨ ਦੁੱਖ ਨਹੀਂ ਜਾਂਦਾ, ਇਹ ਤਾਂ ਗੁਰਬਾਣੀ ਝੂਠੀ ਹੈ, ਜਾਂ ਤੁਸੀਂ ਝੂਠੇ ਹੋ। ਉਹ ਕਿਹਦਾ ਦਰਸ਼ਨ ਹੈ? ਕੌਣ ਗੁਰੂ ਹੈ ਜਿਹਦੇ ਦਰਸ਼ਨ ਪਰਸਨ ਨਾਲ, ਦਰਸ਼ਨ ਦੇ ਸਪਰਸ਼ ਨਾਲ ਜਨਮ ਮਰਨ ਦੁੱਖ ਚਲਿਆ ਜਾਂਦਾ? ਇੱਥੇ ਆ ਕੇ ਫੈਸਲਾ ਹੋਣਾ, ਜਾਂ ਕਰਕੇ ਦਿਖਾਓ? ਨਹੀਂ, ਅਸੀਂ ਕਰਕੇ ਦਿਖਾਉਂਦੇ ਹਾਂ, ਜਿਹੜਾ ਅਸੀਂ ਗੁਰੂ ਕਹਿੰਦੇ ਹਾਂ ਉਹਦੇ ਨਾਲ ਅਸੀਂ ਕਰਕੇ ਦਿਖਾਉਂਦੇ ਹਾਂ। ਆ ਜਾਓ, ਜਨਮ ਮਰਨ ਦੁੱਖ ਨਾ ਕੱਟੋਵੇ ਅਸੀਂ ਮੁਲਜ਼ਮ, ਜਾਂ ਤੁਸੀਂ ਕਰਕੇ ਦਿਖਾਓ? ਨਹੀਂ, ਅਸੀਂ ਕਰਕੇ ਦਿਖਾਉਂਦੇ ਹਾਂ। ਇੱਥੇ ਬੈਠੋ, ਸੁਣੋ ਗੁਰਬਾਣੀ, ਸਮਝੋ। ਹੋਰ ਵੀ ਵੱਡੇ ਵੱਡੇ ਆਦਮੀ ਸਾਰੇ ਧਰਮਾਂ ਦੇ ਆ ਜਾਣਗੇ, ਜੇ ਸਾਰੇ ਮੰਨਣਗੇ ਹਾਂ ਗੱਲ ਠੀਕ ਹੈ, ਫਿਰ ਮੰਨ ਲਿਓ। ਜਾਂ ਕਰਕੇ ਦਿਖਾਓ, ਨਹੀਂ ਤਾਂ ਅਸੀਂ ਕਰਕੇ ਦਿਖਾਉਂਦੇ ਹਾਂ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ। ਇਹ ਪਖੰਡ ਚੱਲ ਰਿਹਾ ਬਥੇਰਾ ਚਿਰ, ਹੁਣ ਨਹੀਂ ਚੱਲਣਾ ਹੈ। ਕੁਛ ਵੀ ਨਹੀਂ ਸੀ, ਸਿਰਫ ਇਹ ਲੋਭੀਆਂ ਦਾ ਸੀ ਇਹ ਬਣਾਇਆ ਹੋਇਆ। ਦਰ ਪੋਥੀ ਸਾਹਿਬ ਨੂੰ ਗੁਰੂ ਲਿਖ ਲਓ, ਚੜਾਵਾ ਖਾਵਾਂਗੇ, ਅਤੇ ਉਹਨਾਂ ਦਾ ਟਾਰਗੇਟ ਵੀ ਪੂਰਾ ਹੋ ਗਿਆ, ਚੜਾਵਾ ਆਉਂਦਾ ਵੀ ਹੈਗਾ। ਜਦਕਿ ਉੱਥੇ ਲਿਖਿਆ ਲੋਭੀ ਜਿਹੜਾ ਹੈ, ਲੋਭੀ ਕਾ ਵਸਾ ਨਾ ਕੀਜੇ ਜੇ ਕਾ ਪਰ ਵਸਾਵੇ। ਲੋਭੀ ਸਿੱਖ ਬਣ ਜੂਗਾ, ਨਹੀਂ ਭਰੋਸਾ ਕੀਤਾ ਜਾ ਸਕਦਾ, ਗੁਰਬਾਣੀ ਇਹ ਕਹਿੰਦੀ ਹੈ। ਇਹ ਤਾਂ ਸਾਰੀ ਗੱਲ ਲੋਭ ਦੀ ਚੱਲਦੀ ਹੈ। ਕਿਹੜਾ ਸਿਸਟਮ ਹੈ ਜਿਹੜਾ ਗੁਰਮਤਿ ਅਨੁਸਾਰ ਚੱਲਦਾ ਤੁਹਾਡੇ? ਇੱਕ ਗੱਲ ਤਾਂ ਦੱਸੋ ਕੀ ਚੱਲਦਾ? ਕੁਛ ਵੀ ਨਹੀਂ ਚੱਲਦਾ, ਸਭ ਮਨਮਤ ਚੱਲਦੀ ਹੈ, ਸਖਤਾਨੀ ਮਤ ਚੱਲਦੀ ਹੈ, ਅਤੇ ਮਾਇਆ ਡੰਗ ਮਾਰ ਗਈ, ਸੰਗਤ ਖੇਰੂੰ ਖੇਰੂੰ ਹੋ ਗਈ। ਗੁਰੂ ਹੁੰਦਾ ਜੇ ਗੁਰੂ ਦੀ ਮਤ ਦਾ ਪ੍ਰਚਾਰ ਹੁੰਦਾ, ਸੰਗਤ 'ਚ ਏਕਤਾ ਹੁੰਦੀ, ਸੰਗਤ ਵਿੱਚ ਪ੍ਰੇਮ ਹੁੰਦਾ, ਅਤੇ ਰਾਜ ਤਾਂ ਤੁਹਾਡੇ ਪੈਰਾਂ 'ਚ ਪਿਆ ਹੁੰਦਾ, ਦੁਨੀਆ ਤੁਹਾਡੇ ਪਿੱਛੇ ਪਿੱਛੇ ਫਿਰਦੀ। ਤੁਸੀਂ ਰਾਜ ਕਰਿਆ ਖਾਲਸਾ, ਰਾਜ ਕਰਿਆ ਖਾਲ, ਲੈ ਲਓ ਰਾਜ, ਦੇਖ ਲਓ ਨੇੜੇ ਆ ਕੇ ਕਿਸੇ ਦੇ।
ਉਹ ਜਿਹਦੇ ਆਪਣੇ ਘਰ 'ਚ ਇੰਨੀ ਫੁੱਟ ਹੋਵੇ, ਉਹ ਰਾਜ ਦੀਆਂ ਸੁਪਨੇ ਦੇਖਦਾ ਹੋਵੇ, ਉਦੋਂ ਪਾਗਲ ਹੋਰ ਹੋ ਹੈ ਕੌਣ ਹੋ ਕੌਣ ਸਕਦਾ, ਉਦੋਂ ਬੇਵਕੂਫ ਕੌਣ ਹੋ ਸਕਦਾ, ਜਿਹੜੇ ਇੱਕ ਹਜ਼ਾਰ ਆਦਮੀ ਇਕੱਠਾ ਨਹੀਂ ਰਹਿ ਸਕਦਾ, ਇੱਕ ਮਤ ਹੈਗਾ ਜਿਹਨਾਂ ਕੋਲ, ਉਹ ਕਹਿੰਦੇ ਅਸੀਂ ਰਾਜ ਕਰ ਲਾਂਗੇ, ਉਹ ਬਿਲਕੁਲ ਬਦਦਿਮਾਗ ਨੇ ਉਹ, ਉਹਨਾਂ ਨੂੰ ਆਪਣੇ ਇਲਾਜ ਕਰਾਉਣਾ ਚਾਹੀਦਾ ਦਿਮਾਗ ਦਾ। ਗੁਰੂ ਦੀ ਕਰਾਮਾਤ ਸੀ ਉਹ ਪ੍ਰੇਮ ਦੀ ਖੇਡ ਸੀ ਇੱਕ ਕਰ ਦੇਣਾ, ਤਾਂ ਹੀ ਉਹ ਕਹਿੰਦੇ ਜਿਨ ਪ੍ਰੇਮ ਕੀ ਹੋ ਅਤੇ ਨਹੀਂ ਪਰ ਪਾਇਓ, ਗੁਰਬਾਣੀ ਦਾ ਇਹ ਕਹਿੰਦੀ ਹੈ ਤੁਸੀਂ ਕਿਹਦੇ ਨਾਲ ਪ੍ਰੇਮ ਕਰਦੇ ਹੋ, ਆਪਸ ਵਿੱਚ ਕਰਦੇ ਹੋ, ਕਿਹਦਾ ਪ੍ਰੇਮ ਹੈ ਕਿਹਦੇ ਨਾਲ, ਲੀਡਰਾਂ ਦਾ ਗੁਰਦੁਆਰਿਓ ਪ੍ਰੇਮ ਮਿਲਦਾ, ਪ੍ਰੇਮ ਦੀ ਸਿੱਖਿਆ ਮਿਲਦੀ ਹੈ, ਨਫ਼ਰਤ ਦੀ ਸਿੱਖਿਆ ਮਿਲਦੀ ਹੈ, ਕਿਉਂ ਗ੍ਰੰਥ ਨੂੰ ਗੁਰੂ ਜਿਹਾ ਬਣਾ ਲਿਆ, ਅਵੱਗਿਆ ਕੀਤੀ, ਪਾਪ ਕੀਤਾ, ਗੁਰੂ ਦੇ ਜੋ ਬਾਣੀ ਹੈ ਉਹਦੀ ਖਿਲਾਫਤ ਕੀਤੀ, ਪਾਪ ਕੀਤੇ ਨੇ ਜਿਹੜੇ ਸਾਹਮਣੇ ਆ ਰਹੇ ਨੇ ਉਹ ਤੁਹਾਡੇ। ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ, ਕੌਣ ਮੰਨਦਾ ਗੁਰੂ ਗ੍ਰੰਥ ਨੂੰ, ਗੁਰੂ ਕੌਣ ਮੰਨਦਾ, ਟੱਡੀਆਂ ਵਾਲਾ ਮੰਨਦਾ, ਦੱਸੇ ਕਿਹੜਾ ਅੱਖਰ ਮੰਨਦਾ, ਇੱਕ ਪੰਕਤੀ ਦੱਸੇ ਕਿਹੜੀ ਬਣੀ ਉਹਨੇ ਗੁਰੂ ਗ੍ਰੰਥ ਦੀ, ਇੱਕ ਅੱਖਰ ਵੀ ਬਣ ਕੇ ਦਿਖਾ ਦੇਵੇ ਸਾਰੀ ਬਾਣੀ ਬਣਨੀ ਪੈਜੂਗੀ। ਜਿਹੜਾ ਵੀ ਜ਼ਿਆਦਾ ਰੌਲਾ ਪਾਉਂਦਾ ਗੁਰੂ ਮਾਨਿਓ ਗ੍ਰੰਥ, ਉਹ ਦੱਸੇ ਜਵਾਬ ਦੇਵੇ ਤੈਂ ਗੁਰੂ ਗ੍ਰੰਥ ਦਾ ਕੀ ਨੂੰ ਗੁਰੂ ਮੰਨਦਾ ਤੂੰ, ਜੇ ਮੰਨਦਾ ਨਹੀਂ ਤਾਂ ਰੌਲਾ ਕਾਹਦਾ ਪਾਉਣਾ। ਹਾਂ, ਗੁਰੂ ਗ੍ਰੰਥ ਨੂੰ ਗੁਰੂ ਮੰਨ ਕੇ ਚੜਾਵਾ ਦੇ ਦਿਉ, ਆਹ ਹੈ ਗੱਲ, ਮੱਥਾ ਟੇਕਿਆ ਕਰੋ, ਚੜਾਵਾ ਦਿਆ ਕਰੋ, ਪੈਸੇ ਪਾਇਆ ਕਰੋ, ਬਸ ਜਾਂ ਤਾਂ ਇੰਨਾ ਮਤਲਬ ਹੈ ਤੁਹਾਡਾ। ਜੇ ਗੁਰੂ ਮੰਨਣਾ, ਗੁਰੂ ਦਾ ਵਚਨ ਮੰਨਣਾ, ਗੁਰੂ ਦੀ ਸਿੱਖਿਆ ਮੰਨਣੀ ਹੈ, ਉਹ ਕੰਮ ਤੁਸੀਂ ਕੀਤਾ ਨਹੀਂ, ਫਿਰ ਗੁਰੂ ਮਾਨਿਓ ਗ੍ਰੰਥ ਦਾ ਮਤਲਬ ਕੀ ਹੋਇਆ? ਔਰ ਗੁਰੂ ਕਹਿੰਦੇ ਉਹਨੂੰ ਨੇ ਜਿਹੜਾ ਅੰਦਰਲਾ ਭਰਮ ਦੂਰ ਕਰ ਦੇਵੇ, ਤਾਂ ਹੀ ਕਹਿ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਜਿਹੜੇ ਗੁਰੂ ਤੋਂ ਭਰਮ ਨਹੀਂ ਜਾਂਦਾ ਉਹਦੀ ਮਾਂ ਜਿਹੜੀ ਮੱਤ ਹੈ ਉਹਨੂੰ ਮੁੰਨ ਦਿਉ, ਉਹਦਾ ਸਿਰ ਮੁੰਨ ਦਿਉ, ਉਹਦੀ ਨਿੰਦਿਆ ਕਰੋ, ਉਹਦੇ ਖਿਲਾਫ਼ ਬੋਲੋ। ਹੁਣ ਜਿਹੜੀ ਇਹਨਾਂ ਦੀ ਮੱਤ ਹੈ ਗੁਰੂ ਮਾਨਿਓ ਗ੍ਰੰਥ ਵਾਲੀ, ਇਹਨਾਂ ਦੀ ਮੱਤ ਹੈ ਗੁਰੂ ਮਾਨਿਓ ਗ੍ਰੰਥ, ਪੋਤੀ ਸਾਹਿਬ ਦੀ ਮੱਤ ਨਹੀਂ ਹੈ ਇਹ ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ ਪੋਥੀ ਸਾਹਿਬ ਦੀ ਮੱਤ ਨਹੀਂ ਹੈ, ਉਹ 'ਚ ਕਿਤੇ ਨਹੀਂ ਲਿਖਿਆ ਹੋਇਆ, ਇਹਨਾਂ ਨੇ ਲਿਖਾਇਆ, ਇਹਨਾਂ ਨੇ ਪ੍ਰਚਾਰਿਆ, ਇਹਨਾਂ ਦੀ ਆਪਣੀ ਮੱਤ ਹੈ। ਆ ਜੋ ਕੁਛ ਬੋਲਿਆ ਇਹਨਾਂ ਦੀ ਮਾਂ ਮੱਤ ਦਾ ਹੀ ਸਿਰ ਮੁੰਨਿਆ ਮੈਂ, ਗੁਰਬਾਣੀ ਦੇ ਖਿਲਾਫ਼ ਇੱਕ ਵੀ ਗੱਲ ਦਿਖਾਉਣ ਮੈਂ ਜੋ ਬੋਲੀ ਹੈ ਇਹਨਾਂ ਦੇ ਖਿਲਾਫ਼ ਜ਼ਰੂਰ ਬੋਲਿਆ, ਸਾਰਾ ਗੁਰਬਾਣੀ ਦੇ ਖਿਲਾਫ਼ ਬੋਲ ਨੇ ਸਾਰੇ, ਗੁਰਬਾਣੀ ਦੇ ਖਿਲਾਫ਼ ਕਰੂਗਾ ਜਿਹੜਾ, ਗੁਰਬਾਣੀ ਨੂੰ ਮੂਹਰੇ ਰੱਖ ਕੇ ਕਰੂ, ਖਿਲਾਫ਼ ਤਾਂ ਗੁਰਬਾਣੀ ਦੀ ਕਰਦਾ, ਕਹਿ ਰਿਹਾ ਮੈਂ ਗੁਰੂ ਦੀ ਮੱਤ ਦਾ ਪ੍ਰਚਾਰ ਕਰ ਰਿਹਾ, ਉਹਦੇ ਖਿਲਾਫ਼ ਅਸੀਂ ਇਹੀ ਭਾਸ਼ਾ 'ਚ ਬੋਲਾਂਗੇ। ਖਾਲਸਾ ਗੁਰੂ ਦਾ, ਭਗਤ ਬੋਲਦੇ ਰਹੇ ਨੇ ਤਾਂ ਬੋਲਾਂਗੇ, ਹੁਣ ਵੀ ਬੋਲਾਂਗੇ ਗੁਰਬਾਣੀ ਦੇ। ਹਾਂ, ਉਹ ਜੇ ਕੋਈ ਗੱਲ ਹੋਵੇ ਖਿਲਾਫ਼ ਗਈ ਹੋਵੇ, ਉਹ ਕੋਈ ਸਾਬਤ ਕਰੇ, ਫਿਰ ਉਹਦੀ ਮਾਫ਼ੀ ਵੀ ਮੰਗਾਂਗੇ, ਉਹਦਾ ਪ੍ਰਾਇਸ਼ਚਿਤ ਵੀ ਕਰਾਂਗੇ, ਉਹਦੀ ਭੁੱਲ ਵੀ ਮੰਨਾ ਬਖਸ਼ਾਵਾਂਗੇ। ਦੱਸੇ ਤਾਂ ਸਹੀ ਕੋਈ ਕਿੱਥੋਂ ਬੋਲਦੇ ਹਾਂ ਖਿਲਾਫ਼, ਇਹਨਾਂ ਦੀਆਂ ਅਸੀਂ ਸਾਰੀਆਂ ਦੱਸਦੀਆਂ ਸਾਡੀਆਂ ਦੱਸ ਦੇਣ, ਬੈਠ ਜਾਣ, ਬੈਠ ਕੇ ਪ੍ਰੇਮ ਨਾਲ ਗੱਲ ਕਰ ਲੈਂਦੇ ਹਾਂ, ਪ੍ਰੇਮ ਤਾਂ ਇਹਨਾਂ 'ਚ ਹੈ ਹੀ ਨਹੀਂ, ਇਹ ਤਾਂ ਚੌਧਰਾਂ ਦੇ ਭੁੱਖੇ ਨੇ। ਬਹੁਤ ਕੁਛ ਹੈ ਹੋਰ ਵੀ ਕਹਿਣ ਨੂੰ ਇਹਦੇ 'ਤੇ, ਪਰ ਚਲੋ ਬਹੁਤਾ ਕੁਛ ਕੀ ਕਹਿਣਾ, ਫਿਰ ਸਹੀ।